ਸੂਹੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਵਾਰ, ਜਿਸ ਵਾਰ ਦੀਆਂ 6 ਪੌੜੀਆਂ ਸਲੋਕਾਂ ਸਮੇਤ ਵਿਚਾਰ ਹੋ ਚੁੱਕੀ ਹੈ, ਅੱਜ 7ਵੀਂ ਪੌੜੀ ਦੇ ਨਾਲ ਜੋ 4 ਸਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਜ ਕੀਤੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਆਓ ਅੱਜ ਦੇ ਇਹਨਾਂ ਅੰਮ੍ਰਿਤ ਪਵਿੱਤਰ ਬਚਨਾਂ ਦੀ ਵਿਚਾਰ ਕਰਨ ਅਤੇ ਸੁਣਨ ਵਾਸਤੇ ਗੁਰੂ ਕੀ ਅਸੀਸ ਪ੍ਰਾਪਤ ਕਰੀਏ। ਸਭ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਇਹ ਅੰਮ੍ਰਿਤ ਬੋਲ ਨੇ, ਜਿੰਨੀ ਚੱਲਣ ਜਾਣਿਆ ਇਸ ਸੰਸਾਰ ਦੇ ਵਿੱਚ ਆਏ ਹੋਏ ਸੰਸਾਰ ਦੇ ਲੋਕ ਸਾਰੇ ਇੱਕੋ ਜਿਹੀ ਅਕਲਮਤ ਵਾਲੇ ਨਹੀਂ ਹੁੰਦੇ। ਜਿੰਨੀ ਤਾਂ ਲਿਖਿਆ ਵੀ ਜਿਨ੍ਹਾਂ ਜਿਨ੍ਹਾਂ ਨੂੰ ਸਮਝ ਲੱਗੀ, ਜਿਨ੍ਹਾਂ ਜਿਨ੍ਹਾਂ ਨੂੰ ਸੋਝੀ ਲੱਗੀ, ਇਹ ਪਤਾ ਲੱਗਾ ਵੀ ਇੱਥੋਂ ਚਲੇ ਜਾਣਾ ਹੈ, ਇਸ ਸੰਸਾਰ 'ਤੇ ਸਦਾ ਬੈਠੇ ਨਹੀਂ ਰਹਿਣਾ। ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਉਹਨਾਂ ਨੇ ਇੱਥੇ ਬਹੁਤੇ ਖਲਾਰੇ ਨਹੀਂ ਖਲਾਰੇ। ਖਲਾਲੇ ਖਲਾਰਨ ਦਾ ਮਤਲਬ ਇਹ ਨਹੀਂ ਵੀ ਉਹਨਾਂ ਨੇ ਕੰਮ ਧੰਦੇ ਨਹੀਂ ਕੀਤੇ, ਉਹਨਾਂ ਨੇ ਆਪਣੇ ਮਨ ਬਹੁਤੇ ਫੁਰਨਿਆਂ ਦੇ ਵਿੱਚ ਨਹੀਂ ਫਸਣ ਦਿੱਤੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿਰਤ ਵਿਹਾਰ ਕਰੋ ਜਿੰਨਾ ਹੋ ਜਾਂਦਾ, ਜਿੰਨਾ ਪਰਮਾਤਮਾ ਕਿਰਤ ਬਖਸ਼ਦਾ ਜਿੱਥੇ ਜਿੱਥੇ ਉਹ ਕਰੋ, ਪਰ ਮਨ ਬਹੁਤੀ ਥਾਈ ਨਹੀਂ ਫਸਾਇਆ। ਕਈਆਂ ਦੇ ਮਨ ਇੱਦਾਂ ਫਸੇ ਹੋਏ ਨੇ ਕਿ ਕਿਰਤ ਕਰੀ ਜਾਂਦੇ ਨੇ, ਕਮਾਈ ਕਰੀ ਜਾਂਦੇ ਨੇ, ਪਰ ਉਹਨਾਂ ਦੇ ਨਾਲ ਬਹੁਤ ਵੱਡੀ ਇੱਕ ਭੁੱਖ ਜੁੜੀ ਹੁੰਦੀ ਹੈ ਵੀ ਅਜੇ ਉਹ ਵੀ ਇਕੱਠਾ ਕਰਨਾ ਅਤੇ ਉਹ ਵੀ ਇਕੱਠਾ ਕਰਨਾ। ਕਰਦਿਆਂ ਕਰਦਿਆਂ ਉਮਰ ਪੂਰੀ ਹੋ ਜਾਂਦੀ ਆ, ਜਿਹੜੀਆਂ ਸਲਾਹਾਂ ਕੀਤੀਆਂ ਸੀ ਉਹ ਪੂਰੀਆਂ ਨਹੀਂ ਹੁੰਦੀਆਂ ਅਤੇ ਬੰਦੇ ਦੀ ਮੁਕਤੀ ਨਹੀਂ ਹੁੰਦੀ, ਬੰਦੇ ਦੀ ਖਲਾਸੀ ਨਹੀਂ ਹੁੰਦੀ, ਉਹ ਫੁਰਨਿਆਂ ਦੇ ਵਿੱਚ ਫਸਿਆ ਰਿਹਾ ਜਾਂਦਾ। ਪਰ ਇਹ ਕਹਿੰਦੇ ਨੇ ਜਿਨ੍ਹਾਂ ਨੂੰ ਪਤਾ ਹੋਵੇ, ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਜੇ ਜਾਣਾ ਮਰ ਜਾਈਐ ਘੁੰਮ ਨਾ ਆਈਐ ਅਤੇ ਝੂਠੀ ਦੁਨੀਆ ਲੱਗ ਨਾ ਆਪ ਵੰਝਾਈਐ। ਜੇ ਪਤਾ ਲੱਗ ਜਾਵੇ ਵੀ ਇੱਥੋਂ ਮਰ ਕੇ ਚਲੇ ਜਾਣਾ, ਜਿੱਦਣ ਮਰ ਗਏ ਉੱਦਣ ਮੁੜ ਕੇ ਵਾਪਸ ਨਹੀਂ ਆਉਣਾ, ਅਤੇ ਫਿਰ ਇਸ ਝੂਠੀ ਦੁਨੀਆ ਦੇ ਮਗਰ ਲੱਗ ਕੇ ਆਪਣਾ ਸਰੀਰ ਆਪਣੀ ਜ਼ਿੰਦਗੀ ਕਦੀ ਖਰਾਬ ਨਹੀਂ ਕਰਨੀ ਚਾਹੀਦੀ। ਮਹਾਰਾਜ ਦਾ ਬੋਲ ਆ। ਗਰੀਬ ਨਿਵਾਜ ਜੀ ਕਹਿੰਦੇ ਨੇ ਕਿ ਹਰ ਗੁਣ ਸੇਵ ਮਨਾ, ਸਤਿਗੁਰ ਸੇਵ ਪਿਆਰ, ਕਿਆ ਥੋੜ੍ਹੀ ਬਾਤ ਗੁਮਾਨ। ਐਵੇਂ ਨਿੱਕੀ ਜਿਹੀ ਗੱਲ ਪਿੱਛੇ ਕਾਹਦਾ ਮਾਣ ਕਰਦਾ ਤੂੰ, ਕਾਹਦਾ ਹੰਕਾਰ ਆ, ਨਿੱਕੀ ਜਿਹੀ ਗੱਲ ਕਾਹਦੀ। ਮਹਾਰਾਜ ਕਹਿੰਦੇ ਨੇ ਜੀਵਨ ਹਰ ਮਨੁੱਖ ਦਾ ਇੱਦਾਂ ਦਾ ਜਿਵੇਂ ਗੋਇਲ ਆਇਆ ਗੋਇਲੀ, ਕਿਆ ਦਸ ਡੰਫ ਪਸਾਰ, ਮੋਹਲਤ ਪੁੱਲਨੀ ਚੱਲਣਾ ਤੂੰ ਸੰਭਲ ਘਰ ਬਾਰ। ਗੋਇਲ ਕਹਿੰਦੇ ਨੇ ਨਾ ਗੁੱਜਰਾਂ ਨੂੰ। ਮਹਾਰਾਜ ਕਹਿੰਦੇ ਨੇ ਜਿਸ ਇਲਾਕੇ ਵਿੱਚੋਂ ਚਰਾਂਦ ਮੁੱਕ ਜੇ, ਗੁੱਜਰ ਉੱਥੋਂ ਡੰਗਰ ਖੋਲ੍ਹਦੇ ਆ,
ਅਤੇ ਜਿਸ ਇਲਾਕੇ ਵਿੱਚ ਕਿਤੇ ਚਰਾਂਦ ਹੁੰਦੀ ਆ ਆਪਣੇ ਡੰਗਰ ਡੇਰਾ ਡੰਡਾ ਚੁੱਕ ਕੇ ਉੱਥੇ ਲੈ ਜਾਂਦੇ। ਹੁਣ ਚਰਾਂਦ ਵਾਲੇ ਇਲਾਕੇ ਵਿੱਚ ਗਿਆ ਗੁੱਜਰ ਅਤੇ ਉਹ ਉੱਥੇ ਜਾ ਕੇ ਕਬਜ਼ਾ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਵਾ ਵੀ ਮੈਂ ਇੱਥੇ ਥੋੜ੍ਹਾ ਜਿਹਾ ਟਾਈਮ ਪਾਸ ਕਰਨ ਆਇਆ, ਮੈਂ ਕਿਹੜਾ ਇੱਥੇ ਸਦੀਵੀ ਰਹਿਣਾ। ਜਿਵੇਂ ਮਾਰੇ ਕਹਿੰਦੇ ਨੇ ਗੁੱਜਰਾਂ ਦਾ ਕੋਈ ਪੱਕਾ ਡੇਰਾ ਨਹੀਂ, ਉਹ ਜਿੱਥੇ ਉਹਨਾਂ ਨੂੰ ਠੀਕ ਲੱਗੇ ਉੱਥੇ ਚਲੇ ਜਾਂਦੇ ਨੇ, ਅਤੇ ਜਾਣਾ ਹੀ ਪੈਂਦਾ ਉਹਨਾਂ ਨੂੰ ਜਦੋਂ ਉਹਨਾਂ ਦੇ ਡੰਗਰਾਂ ਵਾਸਤੇ ਖਾਣਾ ਪੀਣਾ ਨਾ ਹੋਵੇ। ਇਸੇ ਤਰ੍ਹਾਂ ਜਿੰਨੇ ਵੀ ਇੱਥੇ ਲੋਕ ਆਏ ਨੇ, ਪੱਕਾ ਥਾਂ ਕਿਸੇ ਦਾ ਨਹੀਂ ਹੈਗਾ, ਹਰ ਇੱਕ ਨੂੰ ਵਾਪਸ ਮੁੜਨਾ ਪਏਗਾ, ਹਰ ਇੱਕ ਨੂੰ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਨੇ ਪਹਿਲੋਂ ਆਪਣੀ ਗੱਲ ਕੀਤੀ, ਦੂਜੇ ਦੀ ਗੱਲ ਬਾਅਦ ਵਿੱਚ। ਉਹ ਕਹਿੰਦੇ ਨੇ ਮਮਸਰ ਮੋਏ ਇਜ਼ਰਾਇਲ ਗ੍ਰਿਫ ਤੇ ਦਿਲ ਹੇ ਚ ਨਾ ਦਾਨੀ, ਮੇਰੇ ਵੀ ਵਾਲਾਂ ਤੋਂ ਮੌਤ ਨੇ ਘੁੱਟ ਕੇ ਫੜਿਆ ਹੋਇਆ। ਮਾਰੇ ਕਹਿੰਦੇ ਜਿੱਦਣ ਸਮਾਂ ਆਇਆ ਮੈਂ ਵੀ ਇਸ ਦੁਨੀਆ ਤੋਂ ਚਲਿਆ ਜਾਵਾਂਗਾ, ਪਤਾ ਨਹੀਂ ਲੋਕਾਂ ਦੇ ਦਿਲ ਕਿਉਂ ਨਹੀਂ ਮੰਨਦੇ, ਪਤਾ ਨਹੀਂ ਲੋਕਾਂ ਨੇ ਅਜੇ ਸਲਾਹ ਕਿਉਂ ਨਹੀਂ ਕੀਤੀ, ਕੀ ਕਰਦੇ ਨੇ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਇੱਥੋਂ ਤੁਰ ਜਾਣ ਦਾ ਚੇਤਾ ਨਹੀਂ ਲੋਕਾਂ ਨੂੰ ਹੈਗਾ, ਤਾਂ ਲੋਕ ਆਪਣੇ ਕੰਮ ਨਿਬੇੜਦੇ ਫਿਰਦੇ। ਮਾਰੇ ਕਹਿੰਦੇ ਕੰਮ ਮਰਨ ਤੋਂ ਬਾਅਦ, ਹਾਂ ਇਹ ਗੱਲ ਦੁਨੀਆਦਾਰੀ ਦੀ ਆ ਵੀ ਬੰਦਾ ਮਰ ਜਾਵੇ ਤਾਂ ਕੰਮ ਫੇਰ ਹੀ ਪੂਰੇ ਹੁੰਦੇ ਨੇ, ਨਹੀਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ ਤਾਂ ਉਹ ਤਾਂ ਕਹਿੰਦੇ ਨੇ ਜਿਹੜਾ ਜ਼ਿੰਦਗੀ ਜਿਉਂਦੇ ਆਪਣੇ ਕੰਮ ਨਿਬੇੜ ਗਿਆ ਨਿਬੇੜ ਗਿਆ, ਮਰਨ ਤੋਂ ਬਾਅਦ ਵੀ ਕਈਆਂ ਦੇ ਕੰਮ ਨਹੀਂ ਨਿਬੜਦੇ, ਜਿਨ੍ਹਾਂ ਦੇ ਫੁਰਨੇ ਅੰਦਰ ਰਹਿ ਗਏ ਨੇ ਅਗਲੇ ਉਹਨਾਂ ਦੇ ਉਹ ਜਨਮ ਹੋਣਗੇ ਅਤੇ ਉਹ ਜਨਮ ਧਾਰ ਕੇ ਅਤੇ ਆਪਣੇ ਕੰਮ ਨਿਬੇੜਨਗੇ ਅਤੇ ਫਿਰ ਕਿਤੇ ਉਹਨਾਂ ਦੀ ਖਲਾਸੀ ਹੋਏਗੀ। ਇਹ ਕੰਮ ਦਾ ਫੁਰਨਾ ਇਹ ਚੀਜ਼ ਹੀ ਇੱਦਾਂ ਦੀ ਹੈ। ਮਾਰੇ ਕਹਿੰਦੇ ਨੇ ਬਹੁਤ ਜ਼ਿਆਦਾ ਲੋਕ ਤਗੜੇ ਹੋ ਕੇ ਲੱਗੇ ਹੋਏ ਨੇ, ਤਗੜੇ ਹੋ ਕੇ ਲੱਗੇ ਹੋਏ ਨੇ ਵੀ ਆਹ ਵੀ ਕੰਮ ਕਰਨੇ ਨੇ ਆਹ ਵੀ ਕਰਨੇ ਨੇ। ਕਈਆਂ ਕਈਆਂ ਨੂੰ ਮਹਾਰਾਜ ਜੀ ਸਿਦਕ ਸੰਤੋਖ ਦੇ ਦਿੰਦੇ ਨੇ। ਕੱਲ੍ਹ ਇਸ ਗੱਲ ਤੋਂ ਇਹ ਨਹੀਂ ਵੀ ਕੋਈ ਵਿਹਾਰ ਨਾ ਕਰੇ, ਕਿਸੇ ਦੇ ਘਰ ਗਏ ਕੋਈ ਮਾਤਾ ਚੜ੍ਹਾਈ ਕਰ ਗਈ, ਉਹਦੇ ਬਜ਼ੁਰਗ ਦੀ ਗੱਲ ਹੋ ਰਹੀ ਸੀ ਵੀ ਇਹ ਬਜ਼ੁਰਗ ਜਿਹੜਾ ਸੀ ਇਹਨੂੰ ਅਸੀਂ ਕਦੀ ਪੈਲੀ ਵਿੱਚ ਬਹੁਤਾ ਖੱਪ ਖੱਪ ਕੇ ਮਰਦਿਆਂ ਨਹੀਂ ਵੇਖਿਆ, ਸਵੇਰੇ ਉੱਠ ਕੇ ਆਪਣਾ ਵਿਹਾਰ ਕਰਦਾ ਸੀ ਅਤੇ ਪਤਾ ਨਹੀਂ ਉਹਨੂੰ ਕੀ ਸ਼ੌਂਕ ਸੀ ਵੀ 10-11 ਵਜੇ ਨਾ ਸਾਈਕਲ ਫੜ ਕੇ ਅਤੇ ਧਾਰੀਵਾਲ ਸ਼ਹਿਰ ਆ ਜਾਂਦਾ ਸੀ, ਉਰਲੇ ਪਾਸੋਂ ਲੈ ਕੇ ਆ ਉਹ ਰਣੀਏ ਤੱਕ ਸਾਰੇ ਸ਼ਹਿਰ ਨੂੰ ਚੱਕਰ ਕੱਟ ਕੇ ਅਤੇ ਕੋਈ ਸਬਜ਼ੀ ਲੱਲੀ ਜਾਂ ਕੋਈ ਚੀਜ਼ ਲੱਲੀ ਅਤੇ ਫਿਰ ਆਪਣੇ ਘਰ ਚਲ ਜਾਣਾ। ਅਤੇ ਉਹਦੇ ਘਰ ਸਤਿਗੁਰ ਨੇ ਹਰ ਚੀਜ਼ ਦਿੱਤੀ ਹੋਈ ਆ, ਕਿਸੇ ਗੱਲ ਦੀ ਕਮੀ ਨਹੀਂ, ਕਿਉਂਕਿ ਜਿੰਨਾ ਚਿਰ ਗੁਰੂ ਪਰਮੇਸ਼ਰ ਬਰਕਤ ਨਾ ਪਾਵੇ ਉਨਾ ਚਿਰ ਖੱਪ ਖੱਪ ਕੇ ਮਰਨ ਵਾਲੇ ਬਥੇਰੇ ਇਸ ਦੁਨੀਆ 'ਤੇ ਹੋਏ ਜਿਨ੍ਹਾਂ ਦਾ ਪੂਰੀ ਨਹੀਂ ਪਈ, ਬਹੁਤ ਹੋਏ ਖੱਪ ਖੱਪ ਕੇ ਮਰਨ ਵਾਲੇ। ਇਸ ਗੱਲ ਨੂੰ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਕਿਰਤ ਕੋਈ ਕਰੇ ਨਾ, ਪਰ ਮਾਰੇ ਕਹਿੰਦੇ ਨੇ ਜੇ ਕੋਈ ਸਾਰੇ ਕੰਮ ਨਿਬੇੜ ਕੇ ਦੁਨੀਆ ਤੋਂ ਜਾਣਾ ਚਾਹੇ ਤਾਂ ਕੰਮ ਕਦੀ ਨਹੀਂ ਨਿਬੜਨੇ, ਬੰਦੇ ਨਿਬੜ ਗਏ ਨੇ ਕੰਮ ਕਦੀ ਨਹੀਂ ਨਿਬੜਨੇ। ਹਰ ਇੱਕ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਕਿਰਤ ਕਰੋ ਅਤੇ ਕਿਰਤ ਕਰਦਿਆਂ ਕਰਦਿਆਂ ਹਰ ਵੇਲੇ ਆਪਣੀ ਰਸਨਾ ਤੋਂ ਜਪੋ ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਕਿਉਂਕਿ ਮਹਾਰਾਜ ਨੇ ਬਾਣੀ ਵਿੱਚ ਸਪਸ਼ਟ ਲਿਖਿਆ ਹੋਇਆ ਵੀ ਤੂੰ ਇੱਥੇ ਦੁਨੀਆ 'ਤੇ ਆਇਆ ਕੀ ਕਰਨਾ ਵਾ, ਕੀ ਕੰਮ ਸੀ ਤੇਰਾ, ਕਿਉਂਕਿ ਐਵੇਂ ਤਾਂ ਆਇਆ ਨਹੀਂ, ਬਿਨਾਂ ਮਤਲਬ ਤੋਂ ਤਾਂ ਕਿਸੇ ਦਾ ਜਨਮ ਹੋਇਆ ਨਹੀਂ ਗਾ। ਜਿਨ੍ਹਾਂ ਦਾ ਇੱਥੇ ਕੰਮ ਕੋਈ ਨਹੀਂ ਉਹਨਾਂ ਨੂੰ ਮਹਾਰਾਜ ਲਿਆਉਂਦੇ ਵੀ ਨਹੀਂ ਦੁਨੀਆ 'ਤੇ। ਅਤੇ ਗਰੀਬ ਨਵਾਜ ਜੀ ਕਹਿੰਦੇ ਨੇ ਹਰ ਇੱਕ ਦਾ ਕੋਈ ਨਾ ਕੋਈ ਕੰਮ ਆ, ਕੀ ਕੰਮ ਆ? ਗਰੀਬ ਨਵਾਜ ਜੀ ਕਹਿੰਦੇ ਨੇ ਜਿਸ ਜਲ ਨਿਧ ਕਾਰਨ ਤੁਮ ਜੱਗ ਆਏ, ਇੱਕ ਅੰਮ੍ਰਿਤ ਦੀ ਪ੍ਰਾਪਤੀ ਕਰਨ ਵਾਸਤੇ ਤੂੰ ਦੁਨੀਆ 'ਤੇ ਆਇਆ ਵਾ, ਬਾਕੀ ਕੰਮ ਤੇਰੇ ਬਾਅਦ ਵਿੱਚ। ਉਹ ਕਿਸੇ ਨੇ ਨਹੀਂ ਵੇਖਣੇ ਵੀ ਕਿੰਨੇ ਕਿੰਨੀ ਕਮਾਈ ਕੀਤੀ ਆ, ਕਿੰਨੇ ਕਿੰਨੀ ਪੈਲੀ ਲੈ ਕੇ ਦੇ ਗਿਆ ਨਿਆਣਿਆਂ ਨੂੰ, ਕਿੰਨੇ ਕਿੰਨੇ ਮਾਇਆ ਇਕੱਠੀ ਕੀਤੀ ਆ। ਅਸਲ ਮੇਨ ਕੰਮ ਇਹ ਆ ਵੀ ਜਿਸ ਜਲ ਨਿਧ ਕਾਰਨ ਤੁਮ ਜੱਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਅੰਮ੍ਰਿਤ ਸਤਿਗੁਰ ਦੀ ਸੰਗਤ ਵਿੱਚ ਮਿਲਦਾ ਵਾ, ਅਤੇ ਉੱਠ ਕੇ ਸਵੇਰੇ ਇਸ਼ਨਾਨ ਕਰਕੇ ਅਤੇ ਸਤਿਗੁਰ ਦੀ ਸੰਗਤ ਵਿੱਚ ਪਹੁੰਚ, ਇਹੋ ਤੇਰਾ ਕੰਮ ਆ। ਹੋਰ ਤੇਰਾ ਕੰਮ ਦੂਜਾ ਕੋਈ ਨਹੀਂ ਗਾ, ਬਾਕੀ ਤਾਂ ਦੁਨੀਆ ਦੇ ਖਿਲਾਰੇ ਨੇ। ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ, ਸਭ ਤੋਂ ਪਹਿਲਾਂ ਉੱਠ ਕੇ ਫਿਰ ਉਹ ਅੰਮ੍ਰਿਤ ਇਕੱਠਾ ਕਰ ਲੈਂਦੇ ਆ। ਅੱਜ ਨੇ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਉੱਠਦੇ ਨੇ, ਕੋਈ ਨਾਮ ਜਪ ਕੇ ਆਇਆ, ਕੋਈ ਨਿਤਨੇਮ ਕਰਕੇ ਆਇਆ। ਜੇ ਕਿਸੇ ਨੇ ਘਰ ਨਹੀਂ ਕੁਝ ਕੀਤਾ ਤਾਂ ਉਹ ਇੱਥੇ ਚੌਂਕੜੀ ਮਾਰ ਕੇ ਬੈਠਾ ਹੋਇਆ, ਇੱਥੇ ਸਰਵਣ ਕਰਦਾ। ਇਹ ਸਾਰਾ ਕੁੱਲ ਮਿਲਾ ਕੇ ਅੰਮ੍ਰਿਤ ਦਾ ਵਪਾਰ ਹੋ ਰਿਹਾ, ਅੰਮ੍ਰਿਤ ਦਾ ਵਪਾਰ ਹੋ ਰਿਹਾ। ਜਿਹੜੇ ਅੰਮ੍ਰਿਤ ਤੋਂ ਵਾਂਝੇ ਨੇ ਉਹ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ, ਅਤੇ ਜਿਨ੍ਹਾਂ ਨੇ ਅੰਮ੍ਰਿਤ ਨੂੰ ਵਿਹਾਜ ਲਿਆ, ਅੰਮ੍ਰਿਤ ਦਾ ਵਪਾਰ ਕਰ ਲਿਆ, ਅੰਮ੍ਰਿਤ ਪੀ ਲਿਆ, ਉਹਨਾਂ ਬਾਰੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਅੰਮ੍ਰਿਤ ਪੀਵੈ ਅਮਰ ਸੋਏ, ਅੰਮ੍ਰਿਤ ਪੀਵੈ ਅਮਰ ਸੋਏ, ਅੰਮ੍ਰਿਤ ਪੀਵੈ ਅਮਰ ਸੋਏ, ਅੰਮ੍ਰਿਤ ਪੀਵੈ ਅਮਰ ਸੋਏ, ਪਰ ਮਹਾਰਾਜ ਨੇ ਨਾਲ ਲਿਖ ਦਿੱਤਾ। ਜਦੋਂ ਇਹ ਗੱਲ ਲਿਖੀ ਨਾ ਵੀ ਅੰਮ੍ਰਿਤ ਪੀਣ ਵਾਲੇ ਅਮਰ ਹੋ ਜਾਣਗੇ, ਮੌਤ ਦੇ ਚੱਕਰ ਤੋਂ ਬਾਹਰ ਨਿਕਲ ਜਾਣਗੇ, ਪਰ ਨਾਲ ਇਹ ਵੀ ਗਰੀਬ ਨਵਾਜ ਜੀ ਨੇ ਦਰਜ ਕੀਤਾ ਕਿ ਅੰਮ੍ਰਿਤ ਦਾ ਵਪਾਰੀ ਕੋਈ ਵਿਰਲਾ ਵਿਰਲਾ ਹੁੰਦਾ, ਹਰ ਬੰਦਾ ਅੰਮ੍ਰਿਤ ਦਾ ਵਪਾਰੀ ਨਹੀਂ ਹੁੰਦਾ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਜਾਣ ਨੂੰ ਤਿਆਰੀ ਕੀਤੀ ਅਤੇ ਸਾਰਿਆਂ ਨੂੰ ਗਰੀਬ ਨਵਾਜ ਜੀ ਨੇ ਜੋ ਜੋ ਕਿਸੇ ਨੇ ਆਖਿਆ ਬੜੀ ਖੁਸ਼ੀ ਨਾਲ ਸਾਰਿਆਂ ਨੂੰ ਵਰ ਦਿੱਤੇ। ਅਤੇ ਮਹਾਰਾਜ ਦੀ ਹਵੇਲੀ ਵਿੱਚ ਇੱਕ ਬੰਦਾ ਪੱਠੇ ਪਾਉਂਦਾ ਹੁੰਦਾ ਸੀ, ਉਹਨੂੰ ਗਰੀਬ ਨਵਾਜ ਜੀ ਨੇ ਆਵਾਜ਼ ਮਾਰੀ, ਕਮਲੀਆ ਉਹਦਾ ਨਾਂ ਸੀ। ਮਹਾਰਾਜ ਉਹਨੂੰ ਕਹਿੰਦੇ ਨੇ ਤੂੰ ਵੀ ਮੰਗ ਲਾ ਕੁਝ, ਤੂੰ ਆਪਣੇ ਕੋਲ ਘਰ ਦੀ ਗੱਲ ਕਰ ਲਾ, ਸਾਰਿਆਂ ਨੇ ਗੱਲ ਕੀਤੀ ਹੈ ਅਤੇ ਅਸੀਂ ਹੁਣ ਚੱਲੇ ਹਾਂ, ਤੂੰ ਬੜੀ ਸੇਵਾ ਕਰਦਾ ਰਿਹਾ ਇੱਥੇ ਪਸ਼ੂਆਂ ਦੀ, ਅਤੇ ਮੰਗ ਲਾ ਤੂੰ ਵੀ ਕੁਝ। ਅਤੇ ਉਹ ਆਂਦਾ ਜੀ ਮੈਂ ਘਰੋਂ ਸਲਾਹ ਕਰਾਂ। ਮਹਾਰਾਜ ਕਹਿੰਦੇ ਘਰ ਆ। ਮਹਾਰਾਜ ਜੀ ਕਹਿੰਦੇ ਨੇ ਜੀਵਨ ਤੇਰਾ ਵਾ, ਜ਼ਿੰਦਗੀ ਤੇਰੀ ਆ, ਆਪਣੀ ਜ਼ਿੰਦਗੀ ਤੂੰ ਸਵਾਰਨੀ ਆ, ਤੇਰੇ ਘਰਦਿਆਂ ਨੇ ਨਹੀਂ ਸਵਾਰਨੀ, ਅਤੇ ਤੂੰ ਘਰਦਿਆਂ ਵੱਲ ਕਿੱਧਰ ਚੱਲਿਆ? ਕਿਉਂਕਿ ਸਤਿਗੁਰਾਂ ਨੇ ਅੰਮ੍ਰਿਤ ਦਾ ਖਜ਼ਾਨਾ ਖੋਲ੍ਹਿਆ ਹੋਇਆ ਅਤੇ ਉੱਧਰ ਕਿਸੇ ਦਾ ਧਿਆਨ ਨਾ ਹੋਵੇ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਾਧ ਸੰਗਤ ਸੱਚਖੰਡ ਵਿੱਚ ਆਏ ਝਰੋਖੇ ਖੋਲ੍ਹੇ ਬਾਰੀ। ਭਾਈ ਗੁਰਦਾਸ ਜੀ ਕਹਿੰਦੇ ਨੇ ਆ ਸਾਧ ਸੰਗਤ ਸੱਚਖੰਡ ਆ, ਅਤੇ ਗੁਰੂ ਨਾਨਕ ਨੇ ਉਹ ਬਾਰੀ ਖੋਲ੍ਹ ਦਿੱਤੀ
ਜਿਸ ਬਾਰੀ ਦੇ ਰਾਹੀਂ ਅੰਮ੍ਰਿਤ ਵੰਡਿਆ ਜਾਂਦਾ। ਉਹ ਬਾਰੀ ਕੀ ਆ? ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੁੱਖ, ਮਹਾਰਾਜ ਦਾ ਮੁੱਖ ਖੁੱਲ੍ਹਾ ਅਤੇ ਉਹਦੇ ਵਿੱਚ ਉਹ ਅੰਮ੍ਰਿਤ ਵਰਗੇ ਬੋਲ ਆਏ, ਅਤੇ ਜਿਨ੍ਹਾਂ ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਉਹ ਬੋਲ ਆਪਣੇ ਹਿਰਦੇ ਵਿੱਚ ਵਸਾ ਲਏ, ਮਹਾਰਾਜ ਕਹਿੰਦੇ ਉਹਨਾਂ ਦਾ ਭਲਾ ਹੋ ਗਿਆ। ਸਾਧ ਸੰਗਤ ਸੱਚਖੰਡ ਵਿੱਚ ਆਏ ਝਰੋਖੇ ਖੋਲ੍ਹੇ ਬਾਰੀ। ਹੁਣ ਉਹ ਬਾਰੀ ਖੋਲ੍ਹ ਕੇ ਅੰਮ੍ਰਿਤ ਵੰਡਣ ਵਾਲਾ ਕਹਿੰਦਾ ਵੀ ਤੂੰ ਵੀ ਕੁਝ ਮੰਗ। ਅਤੇ ਉਹ ਕਹਿੰਦਾ ਜੀ ਮੈਂ ਘਰਦਿਆਂ ਕੋਲ ਸਲਾਹ ਕਰ ਰਿਹਾ। ਮਹਾਰਾਜ ਕਹਿੰਦੇ ਵੇਖੋ ਕਿੱਡੀ ਮਾੜੀ ਗੱਲ ਆ, ਅਜੇ ਵੀ ਨਹੀਂ ਇਹਨੂੰ ਵਿਚਾਰੇ ਨੂੰ ਪਤਾ ਲੱਗਾ ਵੀ ਆਪਣੇ ਵਾਸਤੇ ਕੁਝ ਮੰਗਣਾ। ਜਾ ਮੰਗਿਆ, ਜੇ ਤੇਰੇ ਘਰਦਿਆਂ ਦੀ ਕਿਸਮਤ ਚੰਗੀ ਹੋਊਗੀ ਤਾਂ ਉਹ ਵੀ ਮੰਗ ਲੈਣਗੇ ਆਪਣੇ ਵਾਸਤੇ। ਉਹ ਘਰ ਗਿਆ ਅਤੇ ਕਹਿੰਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਜੋ ਅੱਜ ਕਹੇਗਾ ਤੇਰੇ ਉਹ ਕੰਮ ਕਰ ਦਿਆਂਗੇ, ਅਤੇ ਤੂੰ ਮੰਗ ਕੀ ਮੰਗਣਾ? ਅਤੇ ਉਹਦੀ ਘਰਵਾਲੀ ਕਹਿੰਦੀ ਆ ਜਾ ਫਿਰ ਗੁਰੂ ਨਾਨਕ ਦੇਵ ਜੀ ਨੂੰ ਕਹਿ ਜਿੱਥੇ ਸਾਡੀ ਕੁੜੀ ਵਿਆਹੀ ਆ ਨਾ, ਸਾਡਾ ਜਵਾਈ ਅਤੇ ਸਾਡਾ ਕੁੜਮ, ਸਾਡੀ ਕੁੜੀ ਦਾ ਘਰ ਵਾਲਾ ਅਤੇ ਕੁੜੀ ਦਾ ਸਹੁਰਾ, ਉਹਨਾਂ ਦਾ ਝਗੜਾ ਹੋ ਗਿਆ ਤਾਂ ਲਾਹੌਰ ਜੇਲ੍ਹ ਵਿੱਚ ਚਲੇ ਗਏ ਨੇ, ਅਤੇ ਗੁਰੂ ਨਾਨਕ ਸਾਹਿਬ ਨੂੰ ਆਖੋ ਵੀ ਸਾਡੇ ਕੁੜਮਾਂ ਨੂੰ ਛਡਾ ਦਿਉ। ਅਤੇ ਉਹ ਅੱਗੋਂ ਕਹਿੰਦਾ ਚੰਗਾ ਮੈਂ ਕਹਿ ਦਿੰਦਾ। ਗੁਰੂ ਨਾਨਕ ਸਾਹਿਬ ਜੀ ਉਡੀਕਦੇ ਸੀ, ਹਾਂ ਵੀ ਦੱਸ। ਉਹ ਕਹਿੰਦਾ ਮਹਾਰਾਜ ਜੀ ਮੈਂ ਘਰੋਂ ਸਲਾਹ ਕਰ ਆਇਆ, ਸਾਡੇ ਕੁੜਮਾਂ ਨੂੰ ਛਡਾ ਦਿਓ। ਮਹਾਰਾਜ ਕਹਿੰਦੇ ਹੱਦ ਹੋ ਗਈ ਹੈ, ਉਹ ਆਪਣੀ ਗੱਲ ਕਰ, ਕੁੜਮਾਂ ਕੋਲੋਂ ਤੂੰ ਕੀ ਲੈਣਾ? ਉਹ ਆਉਂਦਾ ਨਹੀਂ ਜੀ ਕੁੜਮਾਂ ਨੂੰ ਛਡਾ ਦਿਓ। ਮਹਾਰਾਜ ਕਹਿੰਦੇ ਨੇ ਅਸੀਂ ਇੱਕ ਵਾਰੀ ਹੋਰ ਪੁੱਛਾਂਗੇ, ਆਪਣੀ ਗੱਲ ਕਰ, ਹੋਰ ਕਿਸੇ ਦਾ, ਕਿਉਂਕਿ ਇੱਥੇ ਤਾਂ ਕੰਸੈਪਟ ਇਹ ਆ ਵੀ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, ਦੂਜੇ ਕਿਸੇ ਨੇ ਕੁਝ ਨਹੀਂ ਤੁਹਾਡਾ ਸਵਾਰਨਾ, ਆਪੇ ਹੀ। ਉਹ ਫਿਰ ਤੀਜੀ ਵਾਰੀ ਵੀ ਕਹਿੰਦਾ ਜੀ ਮੈਨੂੰ ਘਰਦਿਆਂ ਬੜਾ ਪੱਕਾ ਕਰਕੇ ਆਖਿਆ ਕਿ ਕੁੜਮਾਂ ਨੂੰ ਛਡਾ ਦਿਓ, ਅਤੇ ਮਹਾਰਾਜ ਕਹਿੰਦੇ ਜਾ ਫਿਰ ਕੁੜਮ ਤੇਰੇ ਛੁੱਟ ਜਾਣਗੇ ਅਤੇ ਹੁਣ ਤੂੰ ਨਹੀਂ ਉਹ ਛੁੱਟਣਾ। ਮਹਾਰਾਜ ਕਹਿੰਦੇ ਹੁਣ ਤੂੰ ਨਹੀਂ ਉਹ ਛੁੱਟਣਾ, ਕੁੜਮ ਤੇਰੇ ਛੁੱਟ ਜਾਣਗੇ। ਅਤੇ ਉਹਦੇ ਵਿੱਚੋਂ ਪਤਾ ਨਹੀਂ ਕਿੱਦਾਂ ਮਹਾਰਾਜ ਨੇ ਉਹਦੇ ਮੂੰਹ 'ਚੋਂ ਬੋਲ ਕਢਾਏ। ਉਹ ਆਉਂਦਾ ਮੈਂ ਕਿਉਂ ਨਹੀਂ ਛੁੱਟਣਾ? ਉਹ ਇਹ ਤਾਂ ਗੱਲ ਠੀਕ ਹੈ ਵੀ ਚਲੋ ਮੈਨੂੰ ਮੰਗਣਾ ਚਾਹੀਦਾ ਸੀ ਆਪਣੇ ਵਾਸਤੇ, ਪਰ ਮੈਂ ਵੀ ਪੱਠੇ ਪਾਉਂਦਿਆਂ ਪਾਉਂਦਿਆਂ ਰੋਜ਼ ਤੁਹਾਡਾ ਦਰਸ਼ਨ ਕੀਤਾ, ਤੁਹਾਡੇ ਦਰਸ਼ਨ ਵਿੱਚੋਂ ਮੈਨੂੰ ਕੁਝ ਨਾ ਕੁਝ ਤਾਂ ਜ਼ਰੂਰ ਮਿਲੂਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ, ਮਹਾਰਾਜ ਕਹਿੰਦੇ ਜਾ ਤੂੰ ਵੀ ਬਚ ਗਿਆ ਵਾਂ, ਇਹ ਦਰਸ਼ਨ ਕਰਕੇ ਬਚ ਗਿਆ, ਜਿਹੜਾ ਆਉਂਦਾ ਜਾਂਦਾ ਤੂੰ ਦਰਸ਼ਨ ਕਰਨਾ, ਨਹੀਂ ਤਾਂ ਰਿਸ਼ਤੇਦਾਰੀਆਂ ਨਹੀਂ ਪਾਲੀ ਦੀਆਂ ਸੰਗਤ ਵਿੱਚ ਆਣ ਕੇ, ਇੱਥੇ ਦੁਨੀਆਦਾਰੀ ਦੀਆਂ ਗੱਲਾਂ ਨਹੀਂ ਕਰੀ ਦੀਆਂ। ਇੱਥੇ ਤਾਂ ਗੁਰੂ ਸਾਹਿਬ ਜੀ ਨੂੰ ਇਹ ਬਚਨ ਆਖੀਦਾ ਕਿ ਵਿਸਰਨਾ ਹੀ ਦਾਤਾ ਰੇ ਆਪਣਾ ਨਾਮ ਦੇਹੋ, ਵਿਸਰਨਾ ਹੀ ਦਾਤਾ ਰੇ ਆਪਣਾ ਨਾਮ ਦੇਹੋ, ਵਿਸਰਨਾ ਹੀ ਰਾਤ ਨਾਨਕ ਚਾਉ ਇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ, ਗੁਣ ਗਾਵਾਂ ਜਿਨ੍ਹਾਂ ਜਿਨ੍ਹਾਂ ਨੂੰ ਸਮਝ ਲੱਗੀ ਉਹਨਾਂ ਮੰਗਣ ਵਾਲੀ ਚੀਜ਼ ਮੰਗੀ। ਜਦੋਂ ਮਹਾਰਾਜ ਨੇ ਆਖਿਆ ਵੀ ਜਦੋਂ ਕੋਈ ਲੋਕ ਸਿਆਣੇ ਹੋ ਜਾਣਗੇ, ਜਦੋਂ ਬਹੁਤ ਅਕਲ ਵਾਲੇ ਹੋ ਜਾਣਗੇ, ਉਹਨਾਂ ਨੂੰ ਪਤਾ ਲੱਗ ਜੂਗਾ ਵੀ ਸੰਗਤ ਵਿੱਚ ਆ ਕੇ ਮੰਗਣਾ ਕੀ ਹੈ। ਤੋ ਮੰਗਣ ਬਾਰੇ ਦੱਸੇ, ਮਹਾਰਾਜ ਕਹਿੰਦੇ ਨੇ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਸਭ ਤੋਂ ਚੰਗੀ ਚੀਜ਼ ਇਹ ਆ ਵੀ ਜਦੋਂ ਸਿੱਖ ਆ ਕੇ ਆਖੇ ਮਹਾਰਾਜ ਜੀ ਨਾਮ ਦੀ ਦਾਤ ਦਿਓ,
ਮਹਾਰਾਜ ਗੁਰਸਿੱਖੀ ਦਿਓ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਸਭ ਤੋਂ ਚੰਗਾ ਜਾਗਣਾ ਹੈ ਸਾਧ ਸੰਗਤ ਵਿੱਚ ਬਹਿ ਕੇ ਜਾਗਣਾ, ਅਤੇ ਸਭ ਤੋਂ ਚੰਗੀ ਮੰਗ ਆ ਸਤਿਗੁਰ ਦੇ ਕੋਲੋਂ ਨਾਮ ਮੰਗ ਲੈਣਾ। ਪਰ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤ ਘੱਟ ਬੰਦੇ ਨੇ ਜਿਹੜੇ ਸੰਗਤ ਵਿੱਚ ਆ ਕੇ ਨਾਮ ਮੰਗਦੇ ਨੇ, ਲੋਕਾਂ ਦੇ ਕੰਮ ਹੀ ਨਹੀਂ ਘਰ ਦੇ ਮੁੱਕਦੇ ਅਤੇ ਨਾਮ ਕੌਣ ਮੰਗੇ ਘਰ ਦੇ ਕੰਮ ਤੇ। ਇੱਥੇ ਸਾਡੇ ਬਾਪੂ ਜੀ ਦੱਸਦੇ ਸੀ ਵੀ ਆਸਾ ਦੀ ਵਾਰ ਦਾ ਭੋਗ ਪਿਆ ਅਤੇ ਮਹਾਂਪੁਰਖ ਸਮਾਪਤੀ ਕਰਕੇ ਅਤੇ ਬਾਹਰ ਨਿਕਲ ਕੇ ਬਹਿ ਗਏ ਅਤੇ ਬੜੀ ਸੰਗਤ, ਅਤੇ ਸਵੇਰ ਦੇ ਬੈਠੇ ਅਤੇ 12 ਵਜਨ 'ਚ ਨਹੀਂ 10 ਵਜਨ ਦੇ ਵਿੱਚ ਕੋਈ ਥੋੜ੍ਹੇ ਜਿਹੇ ਮਿੰਟ ਰਹਿ ਗਏ ਆਸਾ ਦੀ ਵਾਰ ਤੋਂ ਬਾਅਦ ਵਿੱਚ। ਤੋ ਆਪਣੇ ਗੜਬਈ ਨੂੰ ਪੁੱਛਦੇ ਆ ਗੋਪਾਲ ਸਿੰਘ ਟਾਈਮ ਕਿੰਨਾ ਹੋਇਆ, ਉਹ ਕਹਿੰਦਾ ਜੀ 10 ਵਜਨ ਦੇ ਵਿੱਚ ਸਿਰਫ 10 ਮਿੰਟ ਰਹਿ ਗਏ ਆ ਸਵੇਰ ਦੇ, ਤੁਸੀਂ ਬੈਠੇ ਜੇ ਮਨੇਰ ਦੇ। ਉਹ ਕਹਿੰਦੇ ਆ ਸਿਰਫ 10 ਵਜੇ ਤੱਕ ਅਸੀਂ ਲੋਕਾਂ ਦੀਆਂ ਅਰਦਾਸਾਂ ਸੁਣਨੀਆਂ ਨੇ, ਉਹਦੇ ਤੋਂ ਬਾਅਦ ਨਹੀਂ ਸੁਣਨੀ ਕਿਸੇ ਦੀ। ਪੂਰੇ 10 ਵਜੇ ਸਮਾਪਤੀ। ਆਉਂਦੇ ਜੀ ਠੀਕ ਆ। ਜਦੋਂ 10 ਵੱਜ ਗਏ ਅਤੇ ਆਉਂਦੇ ਆ ਗੋਪਾਲ ਸਿੰਘ 12 ਵਜੇ ਦੇ ਰਾਤ ਦੇ ਉੱਠੇ ਹੋਏ ਆ, ਬਾਣੀ ਪੜ੍ਹੀ ਆ, ਕੀਰਤਨ ਕੀਤਾ, ਨਾਮ ਜਪਿਆ ਅਕਾਲ ਪੁਰਖ ਦੀ ਕਿਰਪਾ ਨਾਲ, ਅਤੇ ਜੋ ਕੁਝ ਦਰਗਾਹ ਵਿੱਚੋਂ ਪ੍ਰਾਪਤ ਹੋਇਆ ਉਹ ਲੈ ਕੇ ਬੈਠੇ ਸਾਂ ਵੀ ਕੋਈ ਤਾਂ ਨ ਮੰਗੇ, ਕੋਈ ਤਾਂ ਮੰਗਣ ਵਾਲਾ ਆਵੇ ਵੀ ਕੋਈ ਦਰਗਾਹੀ ਚੀਜ਼ ਦਿਓ। ਲੋਕਾਂ ਨੇ ਦੁਨੀਆਂ ਦੀਆਂ ਗੱਲਾਂ ਕਰ ਕਰਕੇ ਸਾਰਾ ਦਿਨ ਲੰਘਾਤਾ, ਮੰਗਣ ਵਾਲੀ ਚੀਜ਼ ਕਿਸੇ ਨੇ ਮੰਗੀ ਨਹੀਂ। ਉਹ ਆਉਂਦੇ ਨੇ ਐਡੀ ਉੱਤਮ ਦਾਤ ਪ੍ਰਾਪਤ ਹੋਈ ਸੀ ਦਰਗਾਹ ਵਿੱਚੋਂ, ਕਿਉਂਕਿ 12 ਵਜੇ ਉਹ ਇਸ਼ਨਾਨ ਕਰਦੇ ਸੀ, ਉਹਨਾਂ ਦਾ ਟਾਈਮ ਸੀ 12 ਵਜੇ ਉੱਠ ਕੇ ਅਤੇ ਮੁੜ ਕੇ ਲੱਗ ਪੈਣਾ ਆਪਣੇ ਕੰਮ। ਉਹ ਤਾਂ ਗੁਰੂ ਸਾਹਿਬ ਜੀ ਦੇ ਕਹਿੰਦੇ ਨੇ ਕਿ ਉਹ ਤਾਂ ਸੁੱਤੇ ਨਹੀਂ ਹੁੰਦੇ, ਉਹ ਸੁੱਤੇ ਵੀ ਜਾਗਦੇ ਹੀ ਹੁੰਦੇ ਆ। ਅਤੇ ਉਹ ਉਹਨਾਂ ਨੇ ਆਖਿਆ ਦੱਸੋ ਇਹਨਾਂ ਲੋਕਾਂ ਦਾ ਕੀ ਕਰੀਏ, ਪਿੰਡਾਂ ਵਿੱਚੋਂ ਕਿਰਾਇਆ ਖਰਚ ਕੇ ਆਏ ਆ, ਗਰਮੀ 'ਚ ਬੈਠੇ ਹੋਏ ਨੇ, ਪਿਆਸ ਵੀ ਲੱਗੀ ਰਾਹ ਵਿੱਚ, ਅਤੇ ਫਿਰ ਵੀ ਇੱਥੇ ਆਣ ਕੇ ਮੰਗਣ ਵਾਲੀ ਚੀਜ਼ ਇਹਨਾਂ ਕੋਲੋਂ ਮੰਗੀ ਨਹੀਂ ਗਈ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਭਈ ਮੰਗਣਾ ਮੰਗਣ ਨੀਕਾ, ਮੰਗਣਾ ਮੰਗਣ ਨੀਕਾ, ਮੰਗਣਾ ਹਰ ਜਸ ਗੁਰ ਤੇ ਮੰਗਣਾ, ਹਰ ਜਸ ਗੁਰ ਤੇ ਮੰਗਣਾ, ਹਰ ਜਸ ਪਾਰੇ ਨੂੰ ਉਹ ਮੰਗਦੇ ਨੇ ਜਿਨ੍ਹਾਂ ਦਾ ਧਿਆਨ ਦੁਨੀਆ 'ਚੋਂ ਨਿਕਲਿਆ ਹੋਵੇ, ਜਿਹੜੇ ਆਪਣੇ ਜੀਵਨ ਨੂੰ ਸਵਾਰਨਾ ਚਾਹੁੰਦੇ ਹੋਣ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਈ ਬੰਦਾ ਸਰਾਂ ਵਿੱਚ ਬੈਠਾ ਹੋਵੇ ਅਤੇ ਸਰਾਂ ਦਾ ਅਸੂਲ ਹੋਵੇ ਵੀ ਬਾਹਰੋਂ ਜਿੰਨਾ ਮਰਜ਼ੀ ਸਾਰਾ ਦਿਨ ਲਿਆ ਕੇ ਇਸ ਕਮਰੇ ਵਿੱਚ ਤੁਸੀਂ ਰੱਖ ਲਓ, ਕੋਈ ਗੱਲ ਨਹੀਂ, ਪਰ ਜਦੋਂ ਤੁਸੀਂ ਕੱਲ੍ਹ ਨੂੰ ਸਰਾਂ ਛੱਡਣੀ ਆ ਨਾ, ਅਸੂਲ ਇਹ ਆ ਵੀ ਇੱਥੋਂ ਤੁਹਾਨੂੰ ਨਾਲ ਨਹੀਂ ਕੁਝ ਲੈ ਕੇ ਜਾਣ ਦੇਣਾ, ਜੋ ਮਰਜ਼ੀ ਲਿਆਓ ਉਹ ਕੋਈ ਗੱਲ ਨਹੀਂ, ਪਰ ਤੁਹਾਨੂੰ ਇੱਥੇ ਸਭ ਕੁਝ ਛੱਡ ਕੇ ਜਾਣਾ ਪਊਗਾ, ਸਰਾਂ ਦਾ ਅਸੂਲ ਵਾ। ਅਤੇ ਗਰੀਬ ਨਵਾਜ ਜੀ ਕਹਿੰਦੇ ਫਿਰ ਕਿੰਨੀ ਗਲਤੀ ਆ ਕਿ ਬੰਦਾ ਕਿਤੇ ਕੋਈ ਆਰਾਮ ਕਰਨ ਦੀ ਬਜਾਏ, ਆਨੰਦ ਲੈਣ ਦੀ ਬਜਾਏ ਇਕੱਠਾ ਹੀ ਕਰੀ ਜਾਏ, ਇਕੱਠਾ ਹੀ ਕਰੀ ਜਾਵੇ, ਅਤੇ ਅਗਲੇ ਦਿਨ ਅਗਲੇ ਆਖਣ ਵੀ ਇੱਥੇ ਛੱਡ ਜਾ ਸਭ ਕੁਝ, ਨਾਲ ਨਹੀਂ ਹੁਣ ਤੈਨੂੰ ਕੁਝ ਵੀ ਖਾਣ ਦੇਣਾ, ਕਿਉਂਕਿ ਇੱਥੋਂ ਦਾ ਅਸੂਲ ਆ। ਰਾਤ ਕਾਰਨ ਧਨ ਸੰਚੀ ਹੈ,
ਜੇ ਇਹਨਾਂ ਮਨੁੱਖਾਂ ਨੂੰ ਵੀ ਪਤਾ ਲੱਗੇ ਵੀ ਅੱਜ ਸਾਰਾ ਦਿਨ ਕਿਰਤ ਕੀਤੀ ਆ, ਸਾਰਾ ਦਿਨ ਵਿਹਾਰ ਕੀਤਾ, ਬੜੀ ਕਮਾਈ ਕੀਤੀ, ਪਰ ਜ਼ਿੰਦਗੀ ਅੱਜ ਦੀ ਰਾਤ ਵਾ, ਕੱਲ੍ਹ ਨੂੰ ਪਤਾ ਨਹੀਂ ਉੱਠਣਾ ਕਿ ਨਹੀਂ ਉੱਠਣਾ, ਜੇ ਪਤਾ ਲੱਗ ਜਾਵੇ ਕਿ ਭਲ ਕੇ ਇੱਥੋਂ ਤਿਆਰੀ ਹੋ ਜਾਣੀ ਹੈ, ਔਰ ਜੋ ਕੁਝ ਵੀ ਇਕੱਠਾ ਕੀਤਾ ਜਦੋਂ ਬੰਦੇ ਨੂੰ ਪਤਾ ਲੱਗੇ ਵੀ ਹੁਣ ਨਾਲ ਨਹੀਂ ਜਾਣਾ, ਅਤੇ ਫਿਰ ਮਨੁੱਖ ਨੂੰ ਪਛਤਾਵਾ ਹੋ ਜਾਂਦਾ ਵੀ ਮੈਂ ਇੱਧਰ ਟਾਈਮ ਕਿਉਂ ਬਰਬਾਦ ਕੀਤਾ, ਮੈਂ ਕਿਉਂ ਇੰਨਾ ਸਮਾਂ ਲਾਇਆ, ਜਿੰਨਾ ਸਮਾਂ ਮੈਂ ਇਹ ਕੰਮ ਕਰਦਾ ਰਿਹਾ ਉਹਨਾਂ ਸਮਾਂ ਨਾਮ ਜਪਦਾ ਬੰਦਗੀ ਕਰਦਾ ਮੇਰਾ ਜੀਵਨ ਸੌਰ ਜਾਂਦਾ, ਮਹਾਰਾਜ ਜੀ ਕਹਿੰਦੇ ਨੇ ਕੁਝ ਲੋਕ ਕੰਮ ਇੱਦਾਂ ਦੇ ਕਰਦੇ ਨੇ ਵੀ ਕੰਮ ਕਰਨ ਨੂੰ ਉਹਨਾਂ ਦਾ ਜੀ ਨਹੀਂ ਕਰਦਾ, ਬਦੋ ਬਦੀ ਉਹਨਾਂ ਨੂੰ ਕੰਮ ਕਰਨ ਵਾਸਤੇ ਲਾਇਆ ਹੁੰਦਾ, ਬਦੋ ਬਦੀ ਵਾਲਾ ਜਿਹੜਾ ਕੰਮ ਆ ਮਹਾਰਾਜ ਕਹਿੰਦੇ ਨੇ ਨਾ ਉਹਦੇ ਵਿੱਚ ਆਪਣਾ ਭਲਾ ਅਤੇ ਨਾ ਕਿਸੇ ਦਾ ਭਲਾ, ਬਦੋ ਬਦੀ ਵਾਲਾ ਕੋਈ ਕੰਮ ਉਹ ਕਿਸੇ ਦਾ ਕੱਖ ਨਹੀਂ ਸਵਾਰਦਾ, ਕਹਿਣ ਦਾ ਭਾਵ ਕੁਝ ਲੋਕ ਕਦੀ ਕਦੀ ਸੰਗਤ ਵਿੱਚ ਇਸ ਕਰਕੇ ਬੈਠੇ ਹੁੰਦੇ ਨੇ ਵੀ ਉਹਨਾਂ ਦਾ ਜੀ ਨਹੀਂ ਕਰਦਾ ਬਹਿਣ ਨੂੰ, ਅਤੇ ਹੁਣ ਬਹਿਣਾ ਪੈਣਾ ਵਾ, ਮਜਬੂਰੀ ਹੋ ਗਈ ਹੈ, ਉਸ ਸਮੇਂ ਉਹ ਬੈਠੇ ਨੇ ਮਾਰੇ ਕਹਿੰਦੇ ਨੇ ਉਹ ਆਪਣਾ ਕੱਖ ਨਹੀਂ ਸਵਾਰ ਸਕਦੇ। ਹੁਣ ਤੁਸੀਂ ਆਖੋਗੇ ਵੀ ਸਾਰੇ ਜਣੇ ਤਾਂ ਘਰੋਂ ਚੱਲ ਕੇ ਆਏ ਹਾਂ, ਅਤੇ ਉਹ ਟਾਈਮ ਕਿਹੜਾ ਹੁੰਦਾ ਵੀ ਜਦੋਂ ਬੰਦਾ ਸੰਗਤ ਵਿੱਚ ਵੀ ਬੈਠਾ ਹੁੰਦਾ ਅਤੇ ਉਹਦਾ ਜੀ ਨਹੀਂ ਕਰਦਾ ਅਤੇ ਮਜਬੂਰੀ ਆ, ਉਹਨੂੰ ਬਹਿਣਾ ਪੈਣਾ। ਹੁਣ ਇੱਥੇ ਕਿਸੇ ਦੀ ਮਜਬੂਰੀ ਨਹੀਂ, ਵੇਖ ਰਹੇ ਹਾਂ ਆਪਣੇ ਵਿਹਾਰ ਕਰਕੇ ਸਾਰਿਆਂ ਨੇ ਕੰਮ ਸੈੱਟ ਕੀਤੇ ਹੋਏ ਨੇ, ਟਾਈਮ ਸੈੱਟ ਕੀਤਾ, ਜਿੰਨਾ ਜਿੰਨਾ ਕਿਸੇ ਕੋਲ ਟਾਈਮ ਆ ਬਹਿ ਕੇ ਲੋਕ ਚਲੇ ਜਾਂਦੇ ਨੇ, ਅਤੇ ਕਿਸੇ ਦੀ ਮਜਬੂਰੀ ਨਹੀਂ ਵੀ ਬਹਿਣਾ ਹੀ ਬਹਿਣਾ। ਮਜਬੂਰੀ ਵਾਲਾ ਟਾਈਮ ਪਤਾ ਕਿਹੜਾ ਵਾ, ਮਜਬੂਰੀ ਵਾਲਾ ਟਾਈਮ ਇਹ ਆ ਵੀ ਕਿਸੇ ਦੇ ਘਰ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਵਾ ਅਤੇ ਉੱਥੇ ਚੱਲੇ ਹਾਂ ਅਤੇ ਅਗਲੇ ਪਾਸੇ ਸੰਗਤ ਵਾ, ਹੁਣ ਜੀ ਨਹੀਂ ਕਰਦਾ ਸੰਗਤ ਵਿੱਚ ਬਹਿਣ ਨੂੰ, ਪਰ ਰਿਸ਼ਤੇਦਾਰਾਂ ਦੇ ਗਏ ਹਾਂ, ਘੜੀ ਬਹਿਣਾ ਹੀ ਪੈਣਾ, ਜੀ ਨਹੀਂ ਕਰਦਾ, ਬਦੋ ਬਦੀ ਬੈਠੇ ਹੋਏ ਹਾਂ, ਕਿਸੇ ਦਾ ਭੋਗ ਪੈ ਗਿਆ ਮ੍ਰਿਤਕ ਦਾ ਅਤੇ ਉੱਥੇ ਜੀ ਨਹੀਂ ਕਰਦਾ ਸੰਗਤ ਵਿੱਚ ਬਹਿਣ ਨੂੰ, ਪਰ ਹੁਣ ਆਏ ਹਾਂ ਦੁਨੀਆਦਾਰੀ ਨਿਭਾਉਣੀ ਪੈਣੀ ਆ, ਅਤੇ ਉੱਥੇ ਕੁਝ ਲੋਕ ਉਹ ਬੈਠੇ ਆ, ਉਹ ਕਹਿੰਦੇ ਜਿਹੜਾ ਚੱਲ ਗਿਆ ਉਹ ਤਾਂ ਚੱਲ ਗਿਆ, ਉਹਦੇ ਵਾਸਤੇ ਤਾਂ ਅਰਦਾਸ ਕਰਾਂਗੇ, ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੇ ਹਾਂ, ਸੱਚਖੰਡ ਵਿੱਚ ਬੈਠੇ ਹਾਂ, ਸ਼ਰਧਾ ਅਤੇ ਸਤਿਕਾਰ ਨਾਲ ਗੁਰੂ ਕਾ ਬਚਨ ਸੁਣੋ, ਸਾਡੀ ਝੋਲੀ ਜ਼ਰੂਰ ਭਰੇਗੀ। ਕਈ ਤਾਂ ਕਈਆਂ ਦੇ ਭੋਗ 'ਤੇ ਜਾ ਕੇ ਵੀ ਆਪਣੀ ਝੋਲੀ ਭਰ ਲਏ ਹੁੰਦੇ ਆ, ਅਤੇ ਕਈਆਂ ਨੂੰ ਸੰਗਤ ਵਿੱਚ ਆਣ ਕੇ ਵੀ ਕੱਖ ਨਹੀਂ ਮਿਲਦਾ ਕਿਉਂਕਿ ਉਹਨਾਂ ਦਾ ਜੀ ਨਹੀਂ ਕਰਦਾ, ਐਵੇਂ ਲੋਕਾਚਾਰੀ ਬੈਠੇ ਹੋਏ। ਬੱਧਾ ਚੱਟੀ ਜੋ ਭਰੇ, ਇਹ ਤਾਂ ਇੱਦਾਂ ਵਾ ਵੀ ਜਿਵੇਂ ਕਿਸੇ ਨੂੰ ਚੱਟੀ ਭਰਨੀ ਪਈ ਆ, ਕਈਆਂ ਦਾ ਸੰਗਤ ਵਿੱਚ ਆਉਣਾ ਇਸ ਤਰ੍ਹਾਂ ਦਾ ਹੈ ਜੀ। ਜਿਹੜਾ ਖੁਸ਼ੀ ਦੇ ਨਾਲ ਸੰਗਤ ਵਿੱਚ ਬਵੇਗਾ, ਜਿਹੜਾ ਖੁਸ਼ੀ ਦੇ ਨਾਲ ਵਾਹਿਗੁਰੂ ਆਖੇਗਾ। ਹੁਣ ਉਹ ਜਿਹੜੇ ਭਾਈ ਕਾਨ੍ਹ ਸਿੰਘ ਜੀ ਨਾਭਾ ਹੋਏ, ਉਹਨਾਂ ਨੇ ਫਤਿਹ ਬੁਲਾਉਣ ਦੇ ਵਿੱਚ ਹੀ ਸਿੱਖ ਦੀ ਬੱਲੇ ਬੱਲੇ ਕਰਾਤੀ। ਖੁਸ਼ੀ ਕੀ ਹੈ ਵੇਖੋ, ਖੁਸ਼ੀ ਦੇ ਵਿੱਚ ਉਹਨਾਂ ਨੇ ਆਖਿਆ ਜਿਹੜਾ ਖੁਸ਼ ਹੋ ਕੇ ਗੁਰੂ ਕੇ ਸਿੱਖ ਨੂੰ ਫਤਿਹ ਬੁਲਾਏਗਾ ਅਤੇ 7 ਕਰੋੜ ਵਾਰੀ ਵਾਹਿਗੁਰੂ ਗੁਰਮੰਤਰ ਦੇ ਜਪਦਾ ਉਹਨੂੰ ਫਲ ਮਿਲ ਜਾਏਗਾ। ਗੱਲ ਤਾਂ ਇਹ ਹੈ ਨਾ ਵੀ ਖੁਸ਼ੀ ਕੀ ਹੈ। ਹੁਣ ਅਸੀਂ ਪੜ੍ਹ ਰਹੇ ਹਾਂ ਇੱਥੇ, ਜੇ ਜੀ ਕਰਦਾ ਹੀ ਨਹੀਂ ਪੜ੍ਹਨ ਨੂੰ, ਜੀ ਜੀ ਕਰਦਾ ਹੀ ਨਹੀਂ ਕਥਾ ਕਰਨ ਨੂੰ, ਤਾਂ ਫਿਰ ਐਵੇਂ ਸਿਰਫ ਪਾਈਏ ਇੱਥੋਂ ਲੈ ਕੇ ਲੈਣਾ ਅਸੀਂ। ਜਿਹੜਾ ਖੁਸ਼ੀ ਨਾਲ ਕੋਈ ਕੰਮ ਕਰੇਗਾ ਨਾ, ਉਹਨਾਂ ਨੇ 7 ਕਰੋੜ ਇਸ ਤਰ੍ਹਾਂ ਗਿਣ ਦਿੱਤੇ ਸੀ। ਉਹ ਬੜੇ ਵਿਦਵਾਨ ਨੇ ਭਾਈ ਕਾਨ੍ਹ ਸਿੰਘ ਜੀ ਨਾਭਾ,
ਉਹਨਾਂ ਨੇ ਆਖਿਆ ਜਦੋਂ ਵੀ ਕਿਸੇ ਸਿੱਖ ਨੂੰ ਫਤਿਹ ਬੁਲਾਉਣੀ ਆ ਪੂਰੇ ਚਾਅ ਨਾਲ ਪੂਰੀ ਖੁਸ਼ੀ ਨਾਲ ਫਤਿਹ ਬੁਲਾਇਓ, ਤੁਹਾਨੂੰ 7 ਕਰੋੜ ਵਾਰੀ ਵਾਹਿਗੁਰੂ ਗੁਰਮੰਤਰ ਜਪੇ ਦਾ ਫਲ ਮਿਲੇਗਾ। ਅਤੇ 7 ਕਰੋੜ ਵਾਰ ਇੱਕ ਦਿਨ ਵਿੱਚ ਜੇ ਕਿਸੇ ਨੇ ਜਪਣਾ ਹੋਵੇ ਤਾਂ ਕਿੰਨੇ ਘੰਟੇ ਚੌਂਕੜੀ ਮਾਰ ਕੇ ਬਵੇਗਾ, ਤੁਸੀਂ ਆਪੇ ਹਿਸਾਬ ਲਾ ਲਓ। 7 ਕਰੋੜ ਥੋੜ੍ਹਾ ਜਿਹਾ ਨਾਮ ਨਹੀਂ ਹੁੰਦਾ। ਉਹਨਾਂ ਨੂੰ ਫਿਰ ਪੁੱਛਿਆ ਗਿਆ ਜੀ ਇਹਦਾ ਵਿਸਥਾਰ ਕਰਕੇ ਦੱਸੋ ਵੀ 7 ਕਰੋੜ ਦਾ ਜੋੜ ਕਿੱਦਾਂ ਬਣਦਾ, ਤੁਸੀਂ ਕਿੱਦਾਂ ਬਣਾਇਆ ਜੋੜ 7 ਕਰੋੜ ਦਾ। ਉਹਨਾਂ ਕਿਹਾ ਸੁਣੋ ਫਿਰ, ਕਿਉਂਕਿ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਸੇਤੀ ਖੁਸ਼ੀ ਸਵਾਰੀ ਹੈ, ਸੇਤੀ ਦਾ ਅਰਥ ਆ ਵੀ ਨਾਲ ਖੁਸ਼ੀ ਨਾਲ ਜਿਹੜਾ ਕੰਮ ਕਰੋਗੇ ਨਾ ਪਰ ਇਹ ਕਹਿੰਦੇ ਝੋਲੀ ਭਰ ਜਾਏਗੀ। ਹੁਣ ਉਹ ਕਹਿੰਦੇ ਨੇ ਫਤਿਹ ਇੰਝ ਬੁਲਾਉਣੀ ਆ ਵੀ ਇੱਕ ਸਿੱਖ ਇੱਧਰੋਂ ਆਇਆ ਇੱਕ ਸਿੱਖ ਉੱਧਰੋਂ ਆਇਆ, ਦੋ ਸਿੱਖਾਂ ਦੀ ਮਿਲਣੀ ਹੋਣ ਲੱਗੀ ਆ। ਅਜੇ ਤਾਂ ਸਾਡੇ ਪੰਥ ਵਿੱਚ ਇੱਦਾਂ ਵਾ ਵੀ ਸਿੱਖ ਸਿੱਖ ਵੱਲ ਵੇਖ ਕੇ ਅਤੇ ਮੂੰਹ ਪਰਾਂ ਨੂੰ ਕਰਦਾ, ਕੋਈ ਕਹਿੰਦਾ ਇਹ ਅਕਾਲੀਆ ਵਾ, ਕੋਈ ਕਹਿੰਦੇ ਇਹ ਟਕਸਾਲੀਏ ਆ, ਕੋਈ ਕਹਿੰਦੇ ਇਹ ਮਿਸ਼ਨਰੀ ਆ, ਕੋਈ ਕਹਿੰਦੇ ਸੰਤ ਸਮਾਜੀ ਆ, ਇਹਨਾਂ ਨੇ ਤਾਂ ਖਿਲਾਰੇ ਹੀ ਨੇ ਪਾ ਲਿਆ, ਸਿੱਖ ਤਾਂ ਸਿੱਖ ਰਹੇ ਹੀ ਨਹੀਂ। ਹਾਲਾਂਕਿ ਮਹਾਰਾਜ ਨੇ ਸਿੱਖ ਬਣਾਏ ਸੀ, ਨਾ ਟਕਸਾਲੀ ਬਣਾਏ ਸੀ, ਨਾ ਅਕਾਲੀ ਬਣਾਏ ਸੀ। ਹਾਂ, ਇਹਨਾਂ ਨੂੰ ਅਕਾਲੀ ਇਸ ਕਰਕੇ ਆਖਿਆ ਜਾਂਦਾ ਵੀ ਅਕਾਲ ਦੇ ਪੁਜਾਰੀ ਆਖਿਆ ਸੀ, ਅਤੇ ਨਾ ਮਿਸ਼ਨਰੀ ਬਣਾਏ ਸੀ ਅਤੇ ਨਾ ਸੰਤ ਸਮਾਜੀ ਬਣਾਏ ਸੀ, ਸਿੱਖ ਕੇਵਲ ਸਿੱਖ ਸੀ। ਜਦੋਂ ਵੀ ਕਰੋਗੇ ਗੁਰੂ ਕੇ ਸਿੱਖ ਦੀ ਗੱਲ ਆਊਗੀ, ਸਿੱਖ ਨੇ ਇੰਝ ਕੀਤਾ, ਸਿੱਖ ਨੇ ਇੰਝ ਕੀਤਾ, ਕਦੇ ਨਹੀਂ ਆਊਗਾ ਉਹ ਅਕਾਲੀ ਨੇ ਇਉਂ ਕੀਤਾ, ਟਕਸਾਲੀ ਨੇ ਇਉਂ ਕੀਤਾ, ਫਲਾਣੇ ਨੇ ਇਉਂ ਕੀਤਾ। ਇਹ ਤਾਂ ਆਪਣੀਆਂ ਚੌਧਰਾਂ ਕਰਨ ਸਭ ਕੁਝ ਹੋ ਗਿਆ ਇੱਥੇ ਦੁਨੀਆ 'ਤੇ, ਖਲਾਰਾ ਜਿਹਾ ਪੈ ਗਿਆ। ਸਿੱਖ ਦੀ ਪਰਿਭਾਸ਼ਾ ਸੁਣੋ ਮਹਾਰਾਜ ਭਾਈ ਕਾਹਨ ਸਿੰਘ ਜੀ ਨਾਭਾ ਕਹਿੰਦੇ ਨੇ, ਇੱਕ ਸਿੱਖ ਇੱਧਰੋਂ ਆਇਆ ਇੱਕ ਸਿੱਖ ਉੱਧਰੋਂ ਆਇਆ, ਅਤੇ ਸਿੱਖ ਵੱਲ ਸਿੱਖ ਵੇਖ ਕੇ ਅਤੇ ਖੁਸ਼ ਹੋ ਗਿਆ ਵੀ ਸ਼ੁਕਰ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿੱਖ ਮਿਲਿਆ। ਅਤੇ ਜਦੋਂ ਕੀ ਹੋਇਆ, ਇਸ ਸਿੱਖ ਨੇ ਉਹਨੂੰ ਵੇਖ ਲਿਆ ਅਤੇ ਉਹਨੇ ਇਹਨੂੰ ਵੇਖ ਲਿਆ, ਅਤੇ ਵੇਖਣ ਨਾਲ ਕੀ ਹੋਇਆ, ਚਾਰ ਮਿਲੇ ਵੀ ਦੋ ਅੱਖਾਂ ਇਸ ਸਿੱਖ ਦੀਆਂ ਅਤੇ ਦੋ ਅੱਖਾਂ ਸਾਹਮਣੇ ਸਿੱਖ ਦੀਆਂ, ਦੋ ਅਤੇ ਦੋ ਨੇਤਰ ਮਿਲ ਕੇ ਹੋ ਗਏ ਚਾਰ। ਚਾਰ ਮਿਲੇ 64 ਖਿਲੇ ਅਤੇ ਮਿਲੇ 20 ਕਰ ਜ਼ੋਰ। ਜਦੋਂ ਚਾਰ ਅੱਖਾਂ ਮਿਲ ਗਈਆਂ, ਦੋ ਇਹਦੀਆਂ ਦੋ ਉਹਦੀਆਂ, ਅਤੇ 64 ਖਿੜ ਗਏ। 64 ਕੀ ਖਿੜ ਗਿਆ, ਵੀ ਸਿੱਖ ਸਿੱਖ ਵੱਲ ਵੇਖ ਕੇ ਜਦੋਂ ਹੱਸਿਆ ਵੀ ਸ਼ੁਕਰ ਆ ਮਹਾਰਾਜ ਦਾ ਸਿੱਖ ਆਇਆ, ਅਤੇ 32 ਦੰਦ ਇਹਦੇ ਖਿੜ ਗਏ ਅਤੇ 32 ਦੰਦ ਉਹਦੇ ਖਿੜ ਗਏ, 32 ਅਤੇ 32 ਹੋ ਗਏ 64। ਚਾਰ ਮਿਲੇ 64 ਕਿਲੇ ਅਤੇ ਮਿਲੇ 20 ਕਰ ਜੋੜ, 20 ਇਕੱਠੇ ਹੋ ਗਏ। 20 ਕੀ ਇਕੱਠੇ ਹੋਏ, ਜਦੋਂ ਫਤਿਹ ਬੁਲਾਉਂਦੇ ਹਾਂ ਅਤੇ ਉਦੋਂ ਐਂ ਕਰਕੇ ਬੁਲਾਉਂਦੇ ਹਾਂ, ਫਤਿਹ ਦਾ ਤਰੀਕਾ ਹੀ ਇਹ ਆ। ਇੱਥੇ ਕਈ ਸਿੱਖ ਬੈਠੇ ਹੁੰਦੇ ਆ ਅਤੇ ਜਦੋਂ ਹੁਕਮਨਾਮੇ ਤੋਂ ਬਾਅਦ ਫਤਿਹ ਬੁਲਾਓ ਅਤੇ ਬਹੁਤਿਆਂ ਨੂੰ ਤਾਂ ਇਹ ਨਹੀਂ ਪਤਾ ਵੀ ਹੱਥ ਜੋੜ ਕੇ ਸੀਸ ਝੁਕਾਉਣਾ ਵਾ ਹੁਕਮਨਾਮੇ ਦੀ ਸਮਾਪਤੀ 'ਤੇ। ਜਿਹੜਾ ਨਾ ਝੁਕਾਵੇ ਉਹਨੂੰ ਰਹਿਤਨਾਮਿਆਂ ਦੇ ਵਿੱਚ ਲਿਖਿਆ ਵੀ ਇਹ ਤਨਖਾਹੀਆ ਵਾ। ਹਰ ਸ਼ਬਦ ਦੇ ਭੋਗ 'ਤੇ ਜਿਹੜਾ ਸਿੱਖ ਹੱਥ ਜੋੜ ਕੇ ਸੀਸ ਨਾ ਨਵਾਵੇ ਉਹ ਵੀ ਤਨਖਾਹੀਆ ਵਾ। ਹੁਣ ਇਹਨਾਂ ਗੱਲਾਂ ਨੂੰ ਸੁਣਨ ਵਾਸਤੇ ਕੋਈ ਆਵੇ ਤਾਂ ਅਸੀਂ ਕਿਸੇ ਨੂੰ ਸਿਖਾਈਏ, ਘਰੋਂ ਘਰੀ ਕਿੱਥੋਂ ਜਾਈਏ ਲੋਕਾਂ ਨੂੰ ਸਿਖਾਉਣ, ਕੋਈ ਆਉਂਦੇ ਹੀ ਨਹੀਂ ਲੋਕੀ। ਚਲੋ ਇੱਥੇ ਤਾਂ ਬੜੀ ਕਿਰਪਾ, ਬੜੀ ਸੰਗਤ ਆਉਂਦੀ ਆ, ਕਈ ਥਾਈਂ ਵੇਖਿਆ ਵੀ ਕੋਈ ਵੀ ਨਹੀਂ ਹੁੰਦਾ। ਹੁਣ ਸੁਣੋ, ਚਾਰ ਮਿਲੇ 64 ਖਿਲੇ, ਮਿਲੇ 20 ਕਰ ਜ਼ੋਰ, 20 ਇਕੱਠੇ ਹੋ ਗਏ। 20 ਕੀ ਇਕੱਠੇ ਹੋਏ, 10 ਉਂਗਲਾਂ ਇਸ ਸਿੱਖ ਦੀਆਂ ਜਦੋਂ ਉਹਨੇ ਐਂ ਕੀਤਾ ਫਤਿਹ ਬੁਲਾਉਣ ਲੱਗਾ, ਅਤੇ 10 ਅਗਲੇ ਦੀਆਂ, ਅਤੇ 10 ਦੇ 10 ਮਿਲ ਕੇ ਹੋ ਗਈਆਂ 20।
ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਅਤੇ ਗੁਰਸਿੱਖ ਸਿਓ ਗੁਰਸਿੱਖ ਮਿਲੇ, ਖਿਲ ਗਏ 7 ਕਰੋੜ। ਸਿੱਖ ਨੂੰ ਸਿੱਖ ਇੰਨੀ ਖੁਸ਼ੀ ਦੇ ਨਾਲ ਮਿਲਿਆ ਕਿ ਜਿੱਦਾਂ ਅਸੀਂ ਕਹਿੰਦੇ ਹਾਂ ਲੈ ਵੀ ਫਲਾਣਾ ਸਾਡਾ ਰਿਸ਼ਤੇਦਾਰ ਮਿੱਤਰ ਪਿਆਰਾ, ਇੰਨੇ ਚਿਰ ਬਾਅਦ ਮਿਲਿਆ ਉਹਨੂੰ ਮਿਲ ਕੇ ਅਤੇ ਰੋਮ ਰੋਮ ਖਿੜ ਗਿਆ। ਕਹਿੰਦੇ ਹਾਂ ਨਾ ਵੀ ਫਲਾਣਾ ਮਿਲਿਆ ਰੋਮ ਰੋਮ ਖਿੜ ਗਿਆ, ਪਰ ਇਹ ਕਹਿੰਦੇ ਸਿੱਖਾਂ ਨੂੰ ਇੱਦਾਂ ਮਿਲਿਆ ਕਰੋ ਤੁਹਾਡੇ ਅੰਦਰ ਖੁਸ਼ੀ ਇੰਨੀ ਹੋਵੇ ਵੀ ਤੁਹਾਡਾ ਰੋਮ ਰੋਮ ਖਿੜ ਜਾਏ। ਅਤੇ ਰੋਮ ਕਿੰਨੇ ਨੇ? ਰੋਮ ਹੈਗੇ ਨੇ ਇੱਕ ਮਨੁੱਖ ਦੇ ਸਿਰ ਦੇ ਜੂੜੇ ਤੋਂ ਲੈ ਕੇ ਅਤੇ ਪੈਰ ਦੇ ਅੰਗੂਠੇ ਤੱਕ 3.5 ਕਰੋੜ। ਸਿਰ ਦੇ ਜੂੜੇ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ, ਭਾਵੇਂ ਇਸਤਰੀ ਆ ਅਤੇ ਭਾਵੇਂ ਮਰਦ ਵਾ, ਉਹਦੇ ਸਰੀਰ 'ਤੇ ਰੋਮ ਨੇ 3.5 ਕਰੋੜ। ਅਤੇ ਜਦੋਂ ਮਹਾਰਾਜ ਜੀ ਕਹਿੰਦੇ ਨੇ ਗੁਰਮੁਖ ਰੋਮ ਰੋਮ ਹਰ ਧਿਆਵੈ, ਜਿਹੜਾ ਚਾਅ ਨਾਲ ਜਾ ਨਾਮ ਜਪਦਾ ਇਕੱਲਾ ਉਹਦੀ ਜ਼ਬਾਨ ਵਿੱਚੋਂ ਵਾਹਿਗੁਰੂ ਦੀ ਆਵਾਜ਼ ਨਹੀਂ ਆਉਂਦੀ, ਉਹਦੇ ਰੋਮ ਰੋਮ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਉਂਦੀ ਆ। ਅਤੇ ਮਹਾਰਾਜ ਕਹਿੰਦੇ ਦੋਵੇਂ ਸਿੱਖ ਜਦੋਂ ਚਾਅ ਨਾਲ ਫਤਿਹ ਬੁਲਾਉਣਗੇ ਅਤੇ ਇੱਧਰੋਂ ਵੀ ਇੱਕ ਸਿੱਖ ਆਖੂਗਾ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਕੀ ਹੋਇਆ? ਅਗਲੇ ਨੇ ਵੀ ਕਹਿਤਾ। ਹੁਣ ਫਤਿਹ ਦੇ ਵਿੱਚ ਲੋਕ ਕਹਿੰਦੇ ਫਤਿਹ ਬੁਲਾਓ ਜੀ, 2 ਵਾਰੀ ਗੁਰਮੰਤਰ ਦਾ ਸਿਮਰਨ ਹੋ, 2 ਵਾਰੀ ਨਹੀਂ ਹੁੰਦਾ। ਚਾਅ ਨਾਲ ਜਿਹੜਾ ਬੁਲਾਉਂਦਾ ਉਹਦੇ ਰੋਮ ਰੋਮ ਬੋਲਦਾ, ਅਤੇ ਰੋਮ ਹੈਗੇ ਨੇ 3.5 ਕਰੋੜ। 3.5 ਕਰੋੜ ਰੋਮ ਵਿੱਚੋਂ ਜਦੋਂ 2 ਵਾਰੀ ਵਾਹਿਗੁਰੂ ਨਿਕਲਿਆ, ਅਤੇ 3.5 ਕਰੋੜ ਅਤੇ 3.5 ਕਰੋੜ ਨੂੰ ਜਮ੍ਹਾਂ ਕਰ ਲਓ ਕਿੰਨੇ ਹੋ ਗਏ? 7 ਕਰੋੜ। 7 ਕਰੋੜ ਗੁਰਮੰਤਰ ਦਾ ਜਪ ਇੱਧਰੋਂ ਹੋ ਗਿਆ ਅਤੇ 7 ਕਰੋੜ ਗੁਰਮੰਤਰ ਦਾ ਜਪ ਉੱਧਰੋਂ ਹੋ ਗਿਆ, ਉਹਦੀ ਵੀ ਝੋਲੀ ਭਰ ਗਈ ਅਤੇ ਇਹਦੀ ਵੀ ਝੋਲੀ ਭਰ ਗਈ। ਜਦੋਂ ਖੁਸ਼ੀ ਨਾਲ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਆ ਜੇ ਖੁਸ਼ੀ ਕੌਣ ਬੁਲਾਉਂਦਾ? ਇੱਦਾਂ ਕੋਈ ਕੋਈ ਇੱਦਾਂ ਬੁਲਾਉਂਦੇ ਆ, ਬਹੁਤੇ ਤਾਂ ਅਗਲਿਆਂ ਦੇ ਕੱਪੜੇ ਵੇਖ ਕੇ ਫਤਿਹ ਦਾ ਜਵਾਬ ਦਿੰਦੇ ਨੇ, ਕਈ ਤਾਂ ਮਾੜੇ ਬੰਦੇ ਦੀ ਫਤਿਹ ਦਾ ਜਵਾਬ ਹੀ ਨਹੀਂ ਦਿੰਦੇ। ਸਿੱਖ ਅਜੇ ਇੱਡੇ ਕੋਲ ਸਿਆਣੇ ਨਹੀਂ ਹੋਏ, ਕਿਉਂਕਿ ਜਿਹੜਾ ਬੰਦਾ ਫਰਜ਼ ਕਰੋ ਅਗਲੇ ਪਾਸੇ ਕੋਈ ਦਿਹਾੜੀਦਾਰ ਜਾ ਰਿਹਾ ਹੈ ਤਾਂ ਗੁਰੂ ਕਾ ਸਿੱਖ, ਗੁਰੂ ਸਾਹਿਬ ਨੇ ਆਖਿਆ ਮੇਰੇ ਧੀਆਂ ਪੁੱਤ ਨੇ। ਹੁਣ ਇਹ ਵੇਖਿਆ ਵਾ ਵੀ ਜੇ ਤਾਂ ਕੋਈ 40-50 ਕਿੱਲਿਆਂ ਵਾਲਾ ਸਰਦਾਰ ਫਤਿਹ ਬੁਲਾਉਂਦਾ ਤਾਂ ਉਹਨੂੰ ਖਲੋ ਕੇ ਚੰਗੀ ਤਰ੍ਹਾਂ ਫਤਿਹ ਬੁਲਾ ਕੇ ਰਾਜੀ ਬਾਜੀ ਵੀ ਪੁੱਛਣੀ ਆ, ਅਤੇ ਜੇ ਕਿਸੇ ਗਰੀਬ ਨੇ ਫਤਿਹ ਬੁਲਾਈ ਤਾਂ ਇਉਂ ਕਰ ਛੱਡ, ਜਵਾਬ ਹੀ ਨਹੀਂ ਦੇਣਾ, ਉੱਥੇ ਦੋਸ਼ੀ ਬਣ ਜਾਈਦਾ ਜਿਹੜਾ ਕਿਸੇ ਦੀ ਫਤਿਹ ਦਾ ਜਵਾਬ ਨਹੀਂ ਦਿੰਦਾ। ਸਤਿਗੁਰ ਨੇ ਆਖਿਆ ਜਿਹੜਾ ਪਹਿਲੋਂ ਫਤਿਹ ਬੁਲਾਊਗਾ ਉਹਦੇ ਵੱਲ ਨੂੰ ਮੇਰਾ ਮੁੱਖ, ਅਤੇ ਜਿਹੜਾ ਬਾਅਦ ਵਿੱਚ ਫਤਿਹ ਬੁਲਾਊਗਾ ਉਹਦੇ ਵੱਲ ਨੂੰ ਮੇਰੀ ਕੰਡ, ਆ ਮੇਰਾ ਮੋਢਾ, ਜਿਹੜਾ ਮਗਰੋਂ ਫਤਿਹ ਬੁਲਾਵੇ ਉਹਦੇ ਵੱਲ ਨੂੰ ਮੇਰਾ ਮੋਢਾ, ਅਤੇ ਜਿਹੜਾ ਫਤਿਹ ਦਾ ਜਵਾਬ ਹੀ ਨਾ ਦੇਵੇ ਉਹਦੇ ਵੱਲ ਨੂੰ ਮੇਰੀ ਪਿੱਠ। ਇਹ ਹੁਣ ਸਿੱਖ ਵੇਖਣ, ਇਹਨਾਂ ਗੁਰੂ ਦਾ ਦਰਸ਼ਨ ਕਰਨਾ ਕਿ ਗੁਰੂ ਕੀ ਪਿੱਠ ਵੇਖਣੀ ਆ, ਜਿਨ੍ਹਾਂ ਵੱਲੋਂ ਗੁਰੂ ਨਜ਼ਰਾਂ ਫੇਰ ਲਵੇ ਉਹਨਾਂ ਦੇ ਪੱਲੇ ਕੱਖ ਨਹੀਂ ਰਹਿੰਦਾ, ਕਿਉਂਕਿ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏ ਦਾ ਦਰ ਮੰਗਣ ਭੇਖ ਨਾ ਪਾਏਦਾ। ਉਹ ਕਲਗੀ ਵਾਲੇ ਪਾਤਸ਼ਾਹ ਜੀ ਨੇ ਸਾਨੂੰ ਏਡਾ ਵੱਡਾ ਕੰਸੈਪਟ ਦਿੱਤਾ, ਏਡੀ ਵੱਡਾ ਸਾਨੂੰ ਸਬਜੈਕਟ ਦਿੱਤਾ ਵੀ ਤੂੰ 1-2 ਸਿੱਖ ਨੂੰ ਦਿਹਾੜੀ 'ਚ ਖੁਸ਼ ਹੋ ਕੇ ਪੂਰੇ ਚਾਅ ਨਾਲ ਫਤਿਹ ਹੀ ਬੁਲਾ ਦਿਆਂ ਕਰੇ ਅਤੇ ਸਾਰੇ ਦਿਨ ਦੀ ਤੇਰੀ ਭਗਤੀ ਪੂਰੀ ਹੋ ਜਾਂਦੀ ਹੈ। ਸਤਿ ਸ੍ਰੀ ਅਕਾਲ ਸਾਹਿਬ। ਗਰੀਬ ਨਿਵਾਜ ਜੀ ਵਰਗਾ ਕੋਈ ਨਹੀਂ। ਵਿਦੇਸ਼ੀ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਕੀਤੀ ਆ, ਗੁਰੂ ਨਾਨਕ ਦੇਵ ਜੀ ਨੂੰ ਪੜ੍ਹ ਰਹੇ ਨੇ, ਸਾਡੇ ਸਿੰਘਾਂ ਨੂੰ ਪੜ੍ਹ ਰਹੇ ਨੇ, ਅਤੇ ਅਸੀਂ ਲੋਕਾਂ ਦੇ ਮਗਰ ਲਾ ਕੇ ਅਤੇ ਹੋਰ ਦੇ ਹੋਰ ਹੁੰਦੇ ਜਾਂਦੇ ਹਾਂ। ਵਾਹਿਗੁਰੂ ਜੀ ਕੀ ਫਤਿਹ,
ਚਾਅ ਨਾਲ ਬੁਲਾਉਣੀ ਚਾਹੀਦੀ ਹੈ। ਅਤੇ ਗੁਰੂ ਅੰਗਦ ਦੇਵ ਜੀ ਅੱਜ ਕਹਿੰਦੇ ਨੇ ਜਿਹੜੇ ਬਦੋ ਰੱਦੀ ਕੋਈ ਵੀ ਕੰਮ ਕਰਦੇ ਆ, ਪਹਿਲਾਂ ਤਾਂ ਅਸੀਂ ਗੱਲ ਕਰਦੇ ਸਨ ਵੀ ਬਦੋ ਰੱਦੀ ਸੰਗਤ ਵਿੱਚ ਬੈਠੇ ਹਾਂ ਅਤੇ ਲਾਭ ਕੋਈ ਨਹੀਂ, ਜਿਹੜਾ ਬਦੋ ਰੁੱਦੀ ਫਤਿਹ ਵੀ ਬੁਲਾਉਂਦਾ ਉਹਨੂੰ ਫਤਿਹ ਦਾ ਵੀ ਲਾਭ ਕੋਈ ਨਹੀਂ, ਐਵੇਂ ਸਿਰ ਜਾ ਐਵੇਂ ਨੀਵਾਂ ਜਿਹਾ ਕਰ ਛੱਡਦੇ ਆ। ਮਹਾਰਾਜ ਉਹਨਾਂ ਨੇ ਕਿਹਾ, ਨਕਸ਼ਾ ਪੂਰਾ ਖਿੱਚਿਆ, ਦੋਵੇਂ ਹੱਥ ਜੋੜਨੇ ਨੇ, ਸਿੱਖ ਵੱਲ ਵੇਖ ਕੇ ਥੋੜ੍ਹੀ ਜਿਹੀ ਮੁਸਕਰਾਹਟ ਆਉਣੀ ਚਾਹੀਦੀ ਹੈ ਵੀ ਮਹਾਰਾਜ ਦਾ ਸਿੱਖ ਆਇਆ ਵਾ, ਅਤੇ ਫਿਰ ਮੂੰਹ ਵਿੱਚੋਂ ਪੂਰੇ ਅੱਖਰ ਬੋਲ ਕੇ ਅਤੇ ਗੱਜ ਕੇ ਫਤਿਹ ਬੁਲਾਉਣੀ ਚਾਹੀਦੀ ਆ, ਜਿਹਦੇ ਨਾਲ 7 ਕਰੋੜ ਵਾਰੀ ਮੇਰੀ ਝੋਲੀ ਭਰ ਗਈ, 7 ਕਰੋੜ ਵਾਰੀ ਤੁਹਾਡੀ ਝੋਲੀ ਭਰ ਗਈ। ਇਹ ਗੁਰੂ ਅੰਗਦ ਦੇਵ ਜੀ ਅੱਜ ਦੱਸ ਰਹੇ ਹਨ। ਮਨ ਹੱਟ ਤਰਫ, ਗਰੀਬ ਨਵਾਜ ਜੀ ਕਹਿੰਦੇ ਨੇ ਮਨ ਦੀ ਜਿੱਦ ਕਰਕੇ ਅੱਜ ਤੱਕ ਕਿਸੇ ਦੀ ਝੋਲੀ ਨਹੀਂ ਭਰੀ। ਮਨ ਹੱਟ ਭਾਵ ਕੇ ਮਨ ਦੀ ਜਿੱਦ, ਅਤੇ ਭਾਵੇਂ ਉਹ ਜਿੰਨੀ ਮਰਜ਼ੀ ਘਾਲਣਾ ਘਾਲਦਾ ਰਹੇ, ਇੱਥੇ ਥੋੜ੍ਹਾ ਜਿਹਾ ਫਰਕ ਆ, ਕਿਉਂਕਿ ਗੁਰੂ ਅੰਗਦ ਦੇਵ ਜੀ ਜੋ ਕਹਿਣਾ ਚਾਹੁੰਦੇ ਨੇ ਉਹਨੂੰ ਸਮਝਣ ਦੀ ਲੋੜ ਆ ਵੀ ਜਿੱਦ ਕਰਕੇ ਜਿੰਨਾ ਮਰਜ਼ੀ ਕੋ ਸੰਗਤ ਵਿੱਚ ਬੈਠਾ ਰਹੇ, ਜਿੱਦ ਕਰਕੇ ਜਿੰਨੀ ਮਰਜ਼ੀ ਕੋ ਸੇਵਾ ਕਰਦਾ ਰਹੇ, ਜਿੱਦਾਂ ਗੁਰੂ ਸਾਹਿਬ ਕਹਿੰਦੇ ਨੇ ਜੇ ਉੱਦਾਂ ਬਾਣੀ ਨਹੀਂ ਪੜ੍ਹਦਾ, ਜੇ ਉੱਦਾਂ ਸੇਵਾ ਨਹੀਂ ਕਰਦਾ, ਤਾਂ ਜਿੰਨਾ ਮਰਜ਼ੀ ਘਾਲਣਾ ਘਾਲਦਾ ਰਹੇ ਉਹਦੀ ਥਾਂ ਹੀ ਨਹੀਂ ਪਏਗੀ। ਗੁਰੂ ਸਾਹਿਬ ਕੀ ਕਹਿੰਦੇ ਨੇ? ਗੁਰੂ ਸਾਹਿਬ ਕਹਿੰਦੇ ਨੇ ਵੀ ਸਭ ਤੋਂ ਪਹਿਲੋਂ ਤੇਰਾ ਇਹ ਤੇਰੀ ਪਹਿਲੀ ਪੌੜੀ ਇਹ ਆ ਵੀ ਪੀਵ ਹਪਾਓ ਲਖੰਡੇ ਧਾਰ ਹੋਏ ਜਨਮ ਸੁਹੇਲਾ। ਜਦੋਂ ਤੈਨੂੰ ਜਦੋਂ ਵਾਹਿਗੁਰੂ ਗੁਰਮੰਤਰ ਕਿਸੇ ਨੇ ਦਿੱਤਾ ਹੀ ਨਹੀਂ, ਤਾਂ ਤੇਰਾ ਵਾਹਿਗੁਰੂ ਗੁਰਮੰਤਰ ਤਾਂ ਹੈ ਹੀ ਨਹੀਂ, ਤੂੰ ਜਪ ਕਿੱਦਾਂ ਲੈਂਦਾ? ਤੇਰਾ ਤਾਂ ਉਹ ਮੰਤਰ ਹੀ ਨਹੀਂ ਹੈਗਾ। ਜੋ ਤੈਨੂੰ ਮੰਤਰ ਕਿਤੇ ਉਹ ਮਿਲਿਆ ਤੂੰ ਉਹ ਜਪ, ਗੁਰਮੰਤਰ ਲਿਆ ਨਹੀਂ, ਅੰਮ੍ਰਿਤ ਛਕਿਆ ਨਹੀਂ, ਅਤੇ ਆਖਣਾ ਅਸੀਂ ਵਾਹਿਗੁਰੂ ਕਰ ਲੈਂਦੇ ਹਾਂ, ਅਸੀਂ ਬਾਣੀ ਪੜ੍ਹ ਲੈਂਦੇ ਹਾਂ, ਅਸੀਂ ਸੇਵਾ ਕਰ ਲੈਂਦੇ। ਮਹਾਰਾਜ ਕਹਿੰਦੇ ਨੇ ਜਿਹਦੀ ਬਾਂਹ ਗੁਰੂ ਨੇ ਨਹੀਂ ਫੜੀ, ਜਿਨ੍ਹਾਂ ਦੇ ਅੰਦਰ ਅੰਮ੍ਰਿਤ ਨਹੀਂ ਗਿਆ, ਜਿਹੜੇ ਗੁਰੂ ਕੀ ਰਹਿਤ ਨਹੀਂ ਰੱਖਦੇ, ਉਹਨਾਂ ਦੀ ਘਾਲਣਾ ਦਾ ਮਹਾਰਾਜ ਕਹਿੰਦੇ ਸਾਨੂੰ ਨਹੀਂ ਪਤਾ ਕੀ ਬਣਨਾ। ਇਹੋ ਜਿਹੇ ਕਈ ਘਾਲਣਾ ਘਾਲ ਘਾਲ ਕੇ ਥੱਕ ਗਏ ਨੇ, ਪਰ ਉਹਨਾਂ ਦੀ ਪੂਰੀ ਨਹੀਂ ਪਈ, ਕਿਉਂਕਿ ਗੁਰੂ ਕੁਝ ਹੋਰ ਕਹਿੰਦਾ ਅਤੇ ਮਨ ਕੁਝ ਹੋਰ ਕਹਿੰਦਾ। ਜੇ ਮਨ ਦੇ ਆਖੇ ਲੱਗਣਾ ਤਾਂ ਸਫ਼ਰ ਕਦੀ ਪੂਰਾ ਨਹੀਂ ਹੋ ਸਕਦਾ, ਬੰਦਾ ਅੱਧ ਵਿਚਕਾਰ ਹੀ ਰਹੇਗਾ। ਤਾਂ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ। ਗਰੀਬ ਨਵਾਜ ਜੀ ਕਹਿੰਦੇ ਨੇ ਜੇ ਸਤਿਗੁਰ ਦੇ ਭਾਣੇ ਚੱਲੇਗਾ ਤਾਂ ਪਤਾ ਕੀ ਹੋਏਗਾ? ਗੁਰੂ ਅਮਰਦਾਸ ਜੀ ਨੇ ਤਾਂ ਸਪਸ਼ਟ ਹੀ ਕਰ ਦਿੱਤਾ, ਮਹਾਰਾਜ ਕਹਿੰਦੇ ਸਾਡਾ ਕੋਈ ਕੁਝ ਨਹੀਂ ਲੱਗਦਾ। ਗੋਇੰਦਵਾਲ ਸਾਹਿਬ ਮਹਾਰਾਜ ਨੇ ਆਪਣੇ ਭਰਾਵਾਂ ਨੂੰ, ਆਪਣੇ ਭਤੀਜਿਆਂ ਨੂੰ, ਪੁੱਤ ਪੋਤਰਿਆਂ ਦੋਹਤਰਿਆਂ ਨੂੰ, ਸਾਰਿਆਂ ਨੂੰ ਸਾਵਧਾਨ ਕਰਾਤਾ ਸੀ। ਮਹਾਰਾਜ ਕਹਿੰਦੇ ਸਾਡਾ ਨਹੀਂ ਕੁਝ ਵੀ ਲੱਗਦਾ ਕੋਈ ਵੀ। ਉਹ ਕਹਿੰਦੇ ਜੀ ਐਡਾ ਤਕੜਾ ਮੇਲ ਵਾ ਤੁਹਾਡਾ। ਮਹਾਰਾਜ ਕਹਿੰਦੇ ਇਸ ਮੇਲ ਵਿੱਚੋਂ ਸਾਡਾ ਉਹ ਵਾ ਜਿਹੜਾ ਸਾਡਾ ਬਚਨ ਮੰਨਦਾ, ਜਿਹੜਾ ਸਾਡੀ ਗੱਲ ਨਹੀਂ ਮੰਨਦਾ, ਜਿਹੜਾ ਸਾਡੇ ਭਾਣੇ 'ਚ ਆਉਂਦਾ ਉਹ ਸਾਡਾ ਵਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਜੇ ਆਪਣੇ ਭਾਣੇ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਮਹਾਰਾਜ ਕਹਿੰਦੇ ਸਾਡਾ ਤਾਂ ਉਹ ਵਾ ਜਿਹੜਾ ਸਾਡੀ ਗੱਲ ਮੰਨਦਾ, ਨਹੀਂ ਤਾਂ ਜਿੰਨਾ ਮਰਜ਼ੀ ਕੋਈ ਹੱਠ ਕਰਕੇ ਤੁਰਿਆ ਫਿਰੇ। ਗੁਰੂ ਅਮਰਦਾਸ ਜੀ ਨੇ 66 ਰਾਗ ਦੀ ਵਾਰ ਵਿੱਚ ਵੀ ਇੰਝ ਲਿਖਿਆ ਹੋਇਆ, ਮਨ ਹੱਠ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ, ਮਨ ਹੱਠ ਭੇਖ ਕਰ ਭਰਮ ਦੇ, ਦੁੱਖ ਲੱਗਾ ਦੂਜਾ ਪਾਏ। ਬਿਆਸ ਰਿਸ਼ੀ ਨੂੰ ਉਹਨਾਂ ਦੇ ਪੁੱਤ ਨੇ ਆਖਿਆ ਜੀ ਮੈਂ ਤਾਂ ਬੜੀ ਚੌਂਕੜੀ ਮਾਰੀ। ਸੁਖਦੇਵ ਮੁਨੀ ਨੇ ਆਖਿਆ ਅਤੇ ਮੇਰੇ ਤਾਂ ਕੰਨਾਂ 'ਚ ਆਵਾਜ਼ ਪਈ ਆ ਵੀ ਇਹਦੇ ਪੱਲੇ ਕੱਖ ਵੀ ਨਹੀਂ ਗਾ, ਅਤੇ ਮੇਰੀ ਚੌਂਕੜੀ ਤਾਂ ਏਡੀ ਆ ਵੀ ਮੇਰੇ ਆਲੇ ਦੁਆਲੇ ਘਾਹ ਅੱਗ ਖਲੋਂਦਾ ਅਤੇ ਮੈਂ ਉੱਠਦਾ ਹੀ ਨਹੀਂ, ਅਤੇ ਮੇਰੇ ਪੱਲੇ ਕਿਉਂ ਨਹੀਂ ਗਾ ਕੁਝ ਵੀ।
ਉਹਦੇ ਪਿਤਾ ਬਿਆਸ ਰਿਸ਼ੀ ਨੇ ਆਖਿਆ ਵੀ ਤੇਰੇ ਪੱਲੇ ਇਸ ਕਰਕੇ ਨਹੀਂ ਗਾ ਵੀ ਤੇਰਾ ਗੁਰੂ ਨਹੀਂ ਕੋਈ ਵੀ ਹੈਗਾ, ਐਵੇਂ ਬਦੋ ਬਦੀ ਚੌਂਕੜੀ ਮਾਰ ਕੇ ਬੈਠਾ ਹੋਇਆ, ਪਹਿਲੋਂ ਗੁਰੂ ਧਾਰਨ ਕਰ ਅਤੇ ਫਿਰ ਤੇਰੀ ਚੜ੍ਹਦੀ ਕਲਾ ਹੋਊਗੀ। ਇਹ ਗੱਲ ਗੁਰੂ ਅੰਗਦ ਦੇਵ ਜੀ ਸਮਝਾ ਰਹੇ ਹਨ। ਭਾਈ ਜਿਨ੍ਹਾਂ ਨੇ ਭਾਉ ਪ੍ਰੇਮ ਕਰਕੇ ਸਤਿਗੁਰ ਦੇ ਬਚਨਾਂ ਦੀ ਕਮਾਈ ਕੀਤੀ, ਗੁਰੂ ਕੇ ਸ਼ਬਦ ਦੀ ਵਿਚਾਰ ਨੂੰ ਸੁਣਿਆ ਕਿ ਬਾਣੀ ਕੀ ਕਹਿ ਰਹੀ ਆ, ਪਰ ਇਹ ਕਹਿੰਦੇ ਨੇ ਜਿਨ੍ਹਾਂ ਸੁਣ ਕੇ ਹਿਰਦੇ 'ਚ ਵਸਾਇਆ ਉਹਨਾਂ ਦਾ ਜੀਵਨ ਸਫਲ ਹੋਇਆ, ਉਹਨਾਂ ਦਾ ਪਰਿਵਾਰ ਤਰ ਗਿਆ, ਉਹ ਆਪਣੇ ਖਾਨਦਾਨ ਸਾਰੇ ਨੂੰ ਤਾਰ ਲੈਂਦੇ ਨੇ ਜਿਹੜੇ ਗੁਰੂ ਕੇ ਬਚਨ ਕਮਾਉਂਦੇ ਹਨ। ਹੁਣ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਨੇ ਆਪੋ ਆਪਣੇ ਤਰੀਕੇ ਨਾਲ ਕੰਮ ਕਰੀ ਜਾਂਦੇ ਨੇ ਸਾਰੇ, ਪਰ ਜਿਸ ਕਰਤੇ ਪੁਰਖ ਨੇ ਸ੍ਰਿਸ਼ਟੀ ਸਾਜੀ ਆ ਨਾ, ਉਹ ਇਕੱਲੇ ਇਕੱਲੇ ਦੇ ਕਰਮਾਂ ਦਾ ਲੇਖਾ ਰੱਖ ਰਿਹਾ, ਸਾਰਿਆਂ ਦਾ ਹਿਸਾਬ ਉਹਦੇ ਕੋਲ ਵਾ। ਮਹਾਰਾਜ ਕਹਿੰਦੇ ਕਰਤਾ ਕਾਰਨ ਜਿਨ ਕੀ ਆ ਸੋ ਜਾਣੈ ਸੋਈ, ਉਹ ਜਾਣਦਾ ਵਾ ਕਿਹਨੇ ਕੀ ਕੀਤਾ, ਗੁਪਤ ਅਤੇ ਪ੍ਰਗਟ ਹਰ ਤਰ੍ਹਾਂ ਦਾ ਲੇਖਾ ਉਹਦੇ ਕੋਲ ਹੈ ਜੀ। ਗੁਰਮੁਖ ਇਸ ਗੱਲ ਨੂੰ ਸਮਝਦੇ ਨੇ, ਉਹ ਕਹਿੰਦੇ ਨੇ ਕਰਤੇ ਪੁਰਖ ਦੇ ਭੇਜੇ ਆਏ ਹਾਂ ਅਤੇ ਕਰਤੇ ਪੁਰਖ ਦੇ ਸੱਦੇ 'ਤੇ ਇੱਥੋਂ ਚਲੇ ਜਾਵਾਂਗੇ। ਉਹਦੇ ਹੁਕਮ ਤੋਂ ਬਾਹਰ ਜਿਹੜੇ ਜਿਹੜੇ ਗਏ ਉਹਨਾਂ ਦੀ ਖੁਆਰੀ ਹੋਈ, ਹੁਕਮ ਮੰਨਣ ਵਾਲਿਆਂ ਨੂੰ ਸੁੱਖ ਮਿਲਦਾ ਹੈ ਜੀ। ਗੁਰੂ ਅਮਰਦਾਸ ਜੀ ਕਹਿੰਦੇ ਨੇ ਚਾਰ ਯੁੱਗ ਨੇ, ਕਲਯੁੱਗ, ਸਤਯੁੱਗ, ਤ੍ਰੇਤਾ, ਦੁਆਪਰ ਅਤੇ ਕਲਯੁੱਗ। ਇਹਨਾਂ ਚੌਂ ਯੁੱਗਾਂ ਦੇ ਵਿੱਚ ਕੋਈ ਵੀ ਬੰਦਾ ਆਪਣੀ ਅਮੀਰੀ ਕਰਕੇ, ਆਪਣੇ ਚੜ੍ਹਾਵੇ ਕਰਕੇ ਸੱਚੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੋ ਸਕਿਆ, ਕਿਉਂਕਿ ਕੋਈ ਦੱਸ ਹੀ ਨਹੀਂ ਸਕਿਆ ਵੀ ਮੁਕਤੀ ਦਾ ਮੁੱਲ ਕੀ ਹੈ। ਕੋਈ ਅੱਜ ਤੱਕ ਨਹੀਂ ਦੱਸ ਸਕਿਆ ਵੀ ਮੈਂ ਕਿੰਨੇ ਪੈਸੇ ਦੇਵਾਂ ਅਤੇ ਮੈਂ ਮੁਕਤ ਹੋ ਜਾਵਾਂ, ਮੈਂ ਕਿਹੜੀ ਭੇਟਾ ਚੜ੍ਹਾਵਾਂ ਅਤੇ ਕੱਲ ਨਾਮ ਨਾ ਜਪਾਂ, ਬਚਨ ਨਾ ਮੰਨਾਂ, ਇਕੱਲੀ ਪੈਸੇ ਹੀ ਇਕੱਲੇ ਦੇ ਦੇਵਾਂ ਅਤੇ ਮੈਂ ਬਚ ਜਾਵਾਂ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜੇ ਅਮੀਰੀ ਉੱਥੇ ਚੱਲਦੀ ਹੁੰਦੀ ਤਾਂ ਰਾਵਣ ਵਰਗਾ ਅਮੀਰ ਨਹੀਂ ਸੀ ਕੋਈ ਵੀ। ਮਹਾਰਾਜ ਜੀ ਆਖਿਆ ਸੰਮਣ ਅਤੇ ਮੂਸਣ ਨੂੰ ਕਿਹਾ ਵੀ ਜਦੋਂ ਤੁਹਾਡੇ ਘਰ ਪੈਸੇ ਨਹੀਂ ਸੀ ਤਾਂ ਤੁਸੀਂ ਹਧਾਰ ਚੁੱਕ ਕੇ, ਕਰਜ਼ਾ ਚੁੱਕ ਕੇ ਲੰਗਰ ਕਿਉਂ ਲਾਇਆ, ਮੈਂ ਕਿਹੜਾ ਇਹਨਾਂ ਚੀਜ਼ਾਂ ਦਾ ਭੁੱਖਾ ਸੀ ਜਾਂ ਮੇਰੇ ਸਿੱਖ ਭੁੱਖੇ ਸੀ। ਜੇ ਤੁਹਾਡੇ ਘਰ ਨਹੀਂ ਸੀ ਕੁਝ ਹੈਗਾ ਤਾਂ ਤੁਸੀਂ ਕਰਜ਼ਾ ਕੋ ਚੁੱਕਿਆ ਅਤੇ ਕਿਉਂ ਐਡੀ ਵੱਡੀ ਬਿਪਤਾ ਦੇ ਵਿੱਚ ਫਸੇ। ਮਹਾਰਾਜ ਕਹਿੰਦੇ ਨੇ ਜੇ ਕੋਈ ਮੈਨੂੰ ਰੋਟੀਆਂ ਖਵਾਲ ਖਵਾਲ ਕੇ ਖੁਸ਼ ਕਰਨਾ ਚਾਹਵੇ ਤਾਂ ਮੈਂ ਇਹਨਾਂ ਗੱਲਾਂ ਨਾਲ ਖੁਸ਼ ਨਹੀਂ ਹੁੰਦਾ, ਜੇ ਕੋਈ ਮੈਨੂੰ ਬਹੁਤਾ ਵੱਡਾ ਮੱਥਾ ਟੇਕ ਕੇ ਪੈਸੇ ਇਕੱਠੇ ਕਰਕੇ ਤਾਂ ਮੈਂ ਇਹਨਾਂ ਚੀਜ਼ਾਂ ਨਾਲ ਵੀ ਖੁਸ਼ ਨਹੀਂ ਹੁੰਦਾ। ਜਿਨ੍ਹਾਂ ਕੋਲ ਹੈਗੇ ਨੇ ਉਹ ਟੇਕੋ ਮੱਥਾ, ਉਹ ਲਿਆਓ ਰਸਤਾ, ਜਿਨ੍ਹਾਂ ਦੇ ਕੋਲ ਨਹੀਂ ਉਹ ਔਖੇ ਹੋ ਕੇ ਜੇ ਆਖਣ ਵੀ ਗੁਰੂ ਨੂੰ ਪਤਾ ਨਹੀਂ ਸ਼ਾਇਦ ਇਹਨਾਂ ਗੱਲਾਂ ਕਰਕੇ ਖੁਸ਼ੀ ਲੈ ਲੈਂਦੇ ਹਾਂ। ਅਤੇ ਫਿਰ ਮਹਾਰਾਜ ਨੇ ਆਖਿਆ ਸੰਮਨ ਸੁਣ ਮੇਰੀ ਗੱਲ, ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ, ਸਾਟ ਕਹਿੰਦੇ ਨੇ ਵੱਟਾ। ਜੇ ਗੁਰੂ ਦਾ ਪਿਆਰ ਮਾਇਆ ਦੇ ਵੱਟੇ ਮਿਲ ਸਕਦਾ ਹੁੰਦਾ, ਜੇ ਗੁਰੂ ਕੀ ਖੁਸ਼ੀ ਪਦਾਰਥਾਂ ਦੇ ਵੱਟੇ ਮਿਲ ਸਕਦੀ ਹੁੰਦੀ, ਤਾਂ ਸੁਣ ਫਿਰ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਟ। ਰਾਵਣ ਨੇ ਉਹਦੇ ਵਰਗਾ ਅਮੀਰ ਕੋਈ ਨਹੀਂ ਸੀ, ਉਹਨੇ ਆਪਣੇ 11 ਸਿਰ ਵੱਢ ਵੱਢ ਕੇ ਅਤੇ ਹਮਨ ਵਿੱਚ ਸੁੱਟੇ ਸ਼ਿਵਜੀ ਨੂੰ ਖੁਸ਼ ਕਰਨ ਵਾਸਤੇ। ਪਰ ਮਹਾਰਾਜ ਕਹਿੰਦੇ ਨੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੋ ਸਕਿਆ ਕਿਉਂਕਿ ਉਹਨੇ ਅੰਦਰ ਦਾ ਹੰਕਾਰ ਨਹੀਂ ਗਵਾਇਆ।
ਉਹ ਨੀਵਾਂ ਨਹੀਂ ਹੋਇਆ ਉਹਦੀ ਭੇਟਾ ਨੂੰ ਕੋਈ ਕੀ ਕਰੇ। ਦੋਵੇਂ ਗੱਲਾਂ ਨੇ, ਇੱਕ ਬਚਨ ਮਹਾਰਾਜ ਜੀ ਕਹਿੰਦੇ ਨੇ ਦਿੱਤਾ ਲਈਏ ਆਪਣਾ, ਅਣ ਦਿੱਤਾ ਵਿਣ ਦਿੱਤੇ ਕਿਛ ਹੱਥ ਨਾ ਆਈ। ਜਿਸ ਬੰਦੇ ਨੇ ਕਦੀ ਹੱਥੋਂ ਦਾਨ ਕੁਝ ਨਹੀਂ ਕੀਤਾ ਤਾਂ ਉਹਨੂੰ ਮਿਲਦਾ ਵੀ ਕੱਖ ਨਹੀਂ। ਇਸ ਕਰਕੇ ਮਹਾਰਾਜ ਦੀ ਇਹ ਹੁਕਮ ਆ ਗੁਰੂ ਸਾਹਿਬ ਦਾ ਵੀ ਕਿਰਤ ਕਰਕੇ ਅਤੇ ਵੰਡ ਕੇ ਛਕਣਾ ਅਤੇ ਦਸਵੰਧ ਜ਼ਰੂਰ ਕੱਢਣਾ। ਇਹ ਸਿੱਖ ਦਾ ਸਿੱਖ ਨੂੰ ਹੁਕਮ ਆ, ਸਲਾਹ ਨਹੀਂ ਗੀ। ਜਿਹੜਾ ਸਿੱਖ ਦਸਵੰਧ ਨਹੀਂ ਕੱਢਦਾ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੈਂ ਇਹਦੇ 'ਤੇ ਵਿਸ਼ਵਾਸ ਨਹੀਂ ਕਰਦਾ ਵੀ ਇਹ ਬੰਦਾ ਮੇਰਾ ਵਾ ਕਿ ਜਾਂ ਕਿਸੇ ਹੋਰ ਦਾ। ਰਹਿਤਨਾਮੇ 'ਚ ਇੰਝ ਹੀ ਲਿਖਿਆ ਹੋਇਆ ਨਾ ਵੀ ਨੰਦ ਲਾਲ ਜੀ ਦਸਵੰਧ ਗੁਰੂ ਨਾ ਦੇ ਬਈ। ਜਿਹੜਾ ਬੰਦਾ ਗੁਰੂ ਨੂੰ ਦਸਵੰਧ ਨਹੀਂ ਦਿੰਦਾ, ਦਸਵੰਧ ਗੁਰੂ ਨਾ ਦੇ ਬਈ, ਝੂਠ ਬੋਲ ਜੋ ਖਾਏ, ਕਹੇ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਸ਼ ਨਾ ਵਸਾਏ। ਮੈਂ ਇਸ ਬੰਦੇ 'ਤੇ ਭਰੋਸਾ ਨਹੀਂ ਕਰਦਾ ਵੀ ਇਹ ਅੱਜ ਮੇਰਾ ਵਾ ਕੱਲ੍ਹ ਨੂੰ ਕਿਸੇ ਹੋਰ ਪਾਸੇ ਚਲੇ ਜਾਊਗਾ, ਕਿਉਂਕਿ ਇਹਨੂੰ ਭਰੋਸਾ ਹੀ ਨਹੀਂ ਗਾ ਵੀ ਗੁਰੂ ਸਾਹਿਬ ਮੈਨੂੰ ਸਭ ਕੁਝ ਦੇ ਰਹੇ ਆ। ਇਹ ਕਹਿੰਦਾ ਵੀ ਮੈਂ ਕਮਾ ਕੇ ਖਾਂਦਾ ਵਾਂ ਅਤੇ ਮੇਰਾ ਵਾ, ਮੈਨੂੰ ਕੀ ਲੋੜ ਆ ਇਹਦੇ ਵਿੱਚੋਂ ਮੱਥਾ ਟੇਕਣ ਦੀ। ਰਹੋ ਵਿਚਾਰ। ਮਹਾਰਾਜ ਕਹਿੰਦੇ ਨੇ ਕਿ ਰਾਵਣ ਨੇ 11 ਸਿਰ ਵੱਢ ਕੇ ਦਿੱਤੇ, ਜੇ ਖੁਸ਼ੀ ਮਿਲਣੀ ਹੁੰਦੀ ਤਾਂ ਰਾਵਣ ਨੂੰ ਮਿਲ ਜਾਂਦੀ, ਨਹੀਂ ਮਿਲੀ। ਇਹ ਪਰਮਾਤਮਾ ਦਾ ਤਰੀਕਾ ਵਾ, ਜੇ ਕੋਈ ਆਪਣੇ ਤਰੀਕੇ ਦੇ ਨਾਲ ਬਹੁਤਾ ਚੜਾਵਾ ਚੜਾ ਕੇ ਜਾਂ ਕੋਈ ਬੜਾ ਭੱਜ ਨੱਠ ਕਰਕੇ ਗੁਰੂ ਪਰਮੇਸ਼ਰ ਦੀ ਖੁਸ਼ੀ ਲੈਣੀ ਚਾਹੁੰਦਾ ਹੋਵੇ ਤਾਂ ਨਹੀਂ ਮਿਲ ਸਕਦੀ, ਉਹ ਤਰੀਕਾ ਕੋਈ ਹੋਰ ਹੈ ਜੀ। ਖੁਸ਼ੀ ਲੈਣ ਦਾ ਤਰੀਕਾ ਇਹ ਆ ਵੀ ਪਹਿਲੋਂ ਸਤਿਗੁਰ ਦੇ ਚਰਨੀ ਡਿੱਗਣਾ ਅਤੇ ਮਹਾਰਾਜ ਨੂੰ ਆਖਣਾ ਜੀ ਮੈਨੂੰ ਜ਼ਿੰਦਗੀ ਜਾਤ ਕੋਈ ਨਹੀਂ ਹੈਗੀ ਵੀ ਮੈਂ ਜ਼ਿੰਦਗੀ ਕਿੱਦਾਂ ਜਿਉਣੀ ਆ। ਫਿਰ ਗੁਰੂ ਸਾਹਿਬ ਦੱਸਣਗੇ ਵੀ ਕਿਰਤ ਕਰ, ਕਿਰਤ ਵਿੱਚੋਂ ਦਸਵੰਧ ਲੈ ਕੇ ਆ ਅਤੇ ਦਸਵੰਧ ਲੈ ਕੇ ਆਉਣਾ ਅਤੇ ਉਹ ਪਤਾ ਆਉਣ ਦਾ ਤਰੀਕਾ ਕੀ ਆ। ਆਉਣ ਦਾ ਤਰੀਕਾ ਇਹ ਆ ਵੀ ਭਾਈ ਗੁਰਦਾਸ ਜੀ ਨੇ ਲਿਖਿਆ ਜੇ ਅੱਜ ਗੁਰੂ ਕੇ ਸਿੱਖ ਕਰੋੜਾਂ ਅਰਬਾਂ ਰੁਪਈਆ ਗੁਰੂ ਘਰਾਂ ਵਿੱਚ ਚੜ੍ਹਾ ਰਹੇ ਨੇ, ਅਤੇ ਪੁਰਾਣੇ ਸਿੱਖ ਵੀ ਇੱਦਾਂ ਦੇ ਹੁੰਦੇ ਸੀ ਜਿਹੜੇ ਖੱਚਰਾਂ ਦੇ ਉੱਤੇ ਮਾਇਆ ਲੱਦ ਲੱਦ ਕੇ ਮਹਾਰਾਜ ਦੇ ਘਰ ਲਿਆਉਂਦੇ ਹੁੰਦੇ ਸੀ। ਖੱਚਰਾਂ ਦੇ ਉੱਤੇ ਮਾਲਵੇ ਜਦੋਂ ਬਰਾੜਾਂ ਨੂੰ ਤਨਖਾਹਾਂ ਦਿੱਤੀਆਂ ਨੇ ਅਤੇ ਇੱਕ ਵਪਾਰੀ ਸਿੱਖ ਖੱਚਰ ਦੇ ਉੱਤੇ ਸੋਨੇ ਦੀਆਂ ਮੋਹਰਾਂ ਲੱਦ ਕੇ ਲਿਆਈਆਂ, ਉਹ ਕਿੰਨਾ ਲੱਖਾਂ ਕਰੋੜਾਂ ਰੁਪਈਆ ਹੋਊਗਾ ਉਦੋਂ? ਉਹਦਾ ਦਸਵੰਧ ਸੀ ਸਾਰਾ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਦਸਵੰਧ ਲਿਆਉਣ ਵਾਲਿਓ, ਮੱਥਾ ਟੇਕਣ ਵਾਲਿਓ, ਦਸਵੰਧ ਰੱਖ ਕੇ ਮੱਥਾ ਟੇਕ ਕੇ ਅਤੇ ਕਰਨਾ ਕੀ ਆ? ਮਹਾਰਾਜ ਦੇ ਘਰ ਝਾੜੂ ਫੇਰਨਾ ਵਾ, ਮਹਾਰਾਜ ਦੇ ਘਰ ਪ੍ਰਸ਼ਾਦੇ ਪਕਾਉਣੇ ਆ, ਦਾਲ ਵਰਤਾਉਣੀ ਆ, ਲੰਗਰ ਬਣਾਉਣਾ ਵਾ, ਬਾਲਣ ਪਾੜਨਾ ਵਾ, ਪਾਣੀ ਢੋਣਾ ਵਾ ਗੁਰੂ ਕੇ ਘਰ, ਗੁਰੂ ਕੇ ਸਿੱਖਾਂ ਨੂੰ ਪੱਖਾ ਫੇਰਨਾ ਵਾ, ਪੱਖਾ ਝੱਲਣਾ ਵਾ। ਇਸ ਕਰਕੇ ਇਹ ਸੇਵਾ ਕਰਨੀ ਆ ਭਈ ਮਾਇਆ ਚੜ੍ਹਾ ਕੇ ਅਤੇ ਕਿਤੇ ਮਨ ਹੰਕਾਰੀ ਨਾ ਹੋ ਜਾਵੇ। ਮਹਾਰਾਜ ਕਹਿੰਦੇ ਗੁਰੂ ਕੇ ਸਿੱਖਾਂ ਦੇ ਲਾਲੇ ਗੋਲੇ ਬਣ ਕੇ ਰਹਿਣਾ, ਇਹਨਾਂ ਦੇ ਦਾਸ ਬਣ ਕੇ ਰਹਿਣਾ। ਜਿਹੜਾ ਸਾਧ ਸੰਗਤ ਦਾ ਦਾਸ ਬਣ ਕੇ ਰਹੇਗਾ, ਮਹਾਰਾਜ ਕਹਿੰਦੇ ਉਹਨੂੰ ਮੈਂ ਗੱਲ ਵਕੜੀ ਪਾਈ ਹੋਊਗੀ, ਅਤੇ ਜਿਹੜਾ ਸਾਧ ਸੰਗਤ ਨਾਲੋਂ ਆਪਣੇ ਆਪ ਨੂੰ ਸਿਆਣਾ ਅਤੇ ਚੰਗਾ ਸਮਝੇਗਾ ਉਹ ਤੁਰਿਆ ਜਿੰਨਾ ਮਰਜ਼ੀ ਫਿਰੇ, ਮਹਾਰਾਜ ਕਹਿੰਦੇ ਮੈਂ ਉਹਦੀ ਪਛਾਣ ਨਹੀਂ ਕਰਨੀ ਵੀ ਇਹ ਕੌਣ ਆ ਜਾਂ ਕੌਣ ਨਹੀਂ। ਇਹ ਨਿਯਮ ਆ, ਸਤਿਗੁਰ ਇੱਕ ਵਿਖਾਲਿਆ, ਸਤਿਗੁਰ ਨੇ ਇੱਕ ਨਾਮ ਦੀ ਦਾਤ ਦਿੱਤੀ ਅਤੇ ਇੱਕ ਰਹਿਤ ਦਿੱਤੀ ਅਤੇ ਆਖਿਆ ਜੇ ਕਮਾਏਗਾ ਤਾਂ ਤੈਨੂੰ ਇੱਕ ਅਕਾਲ ਪੁਰਖ ਦਾ ਦਰਸ਼ਨ ਕਰਾ ਦਿਆਂਗੇ। ਗੁਰੂ ਕਾ ਬਚਨ ਮੰਨਣ ਨਾਲ ਫਿਰ ਮਨ ਅਤੇ ਤਨ ਵਿੱਚ ਸੁੱਖ ਬਣ ਜਾਂਦਾ ਹੈ ਜੀ। ਇਹ ਫਿਰ ਗੁਰੂ ਕੇ ਸਿੱਖ ਦੀ ਵਡਿਆਈ ਆ, ਉਹ ਸਤਿਗੁਰ ਦੇ ਚਰਨੀ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਅਤੇ ਉਹ ਕਹਿੰਦਾ ਮੈਨੂੰ ਪਤਾ ਲੱਗ ਗਿਆ ਵਾ
ਮੇਰੇ ਕੀਤਿਆਂ ਕੱਖ ਨਹੀਂ ਹੋਣਾ, ਮੇਰੀ ਜ਼ਿੰਦਗੀ ਵਿੱਚ ਉਹ ਹੋਊਗਾ ਜੋ ਅਕਾਲ ਪੁਰਖ ਕਰੇਗਾ, ਅਤੇ ਮੈਂ ਕਦੀ ਵੀ ਅਕਾਲ ਪੁਰਖ ਦੀ ਕੀਤੀ ਹੋਈ ਤੋਂ ਮੁਨਕਰ ਨਹੀਂ ਹੋਵਾਂਗਾ, ਆਪਣੇ ਗੁਰੂ ਪਰਮੇਸ਼ਰ ਦੇ ਭਾਣੇ ਵਿੱਚ ਰਵਾਂਗਾ। ਅਤੇ ਜਿਹੜੇ ਭਾਣੇ ਵਿੱਚ ਰਹਿੰਦੇ ਨੇ, ਮਾਰੇ ਕਹਿੰਦੇ ਉਹ ਸਦਾ ਹੀ ਮੇਰੇ ਨਾਲ ਮਿਲੇ ਰਹਿੰਦੇ ਨੇ, ਉਹ ਕਦੀ ਵਿਛੜਦੇ ਹੀ ਨਹੀਂ। ਸਤਿਗੁਰ ਮਿਹਰ ਕਰਨ, ਬਚਨ ਇੱਥੋਂ ਸ਼ੁਰੂ ਹੋਇਆ ਸੀ ਵੀ ਜਿੰਨੀ ਚੱਲਣ ਸਜਾਣਿਆ ਸੇ ਕੋ ਕਰੇ ਵਿਥਾਰ। ਜਿਨ੍ਹਾਂ ਨੂੰ ਪਤਾ ਵੀ ਦੁਨੀਆ ਤੋਂ ਚਲੇ ਜਾਣਾ, ਬਹੁਤਾ ਖਿਲਾਰਾ ਨਹੀਂ ਖਿਲਾਰਦੇ, ਉਹ ਆਪਣਾ ਅੱਗਾ ਸਵਾਰਦੇ ਆ, ਅਤੇ ਕਈ ਤਾਂ ਕੰਮ ਕਰ ਕਰਕੇ ਵਿਚਾਰੇ ਮਰ ਚੱਲੇ ਨੇ ਅਤੇ ਕੰਮ ਫਿਰ ਨਹੀਂ ਮੁੱਕਦੇ। ਗੁਰੂ ਕੇ ਸਿੱਖ ਭਾਣੇ ਵਿੱਚ ਰਹਿ ਕੇ ਕਿਰਤ ਵੀ ਕਰਦੇ ਨੇ, ਅਤੇ ਦੋਵੇਂ ਟਾਈਮ ਗੁਰੂ ਕੀ ਖੁਸ਼ੀ ਪ੍ਰਾਪਤ ਕਰਦੇ ਜਦੋਂ ਸੰਗਤ ਵਿੱਚ ਆਉਂਦੇ ਆ। ਮਹਾਰਾਜ ਕਿਰਪਾ ਕਰਨ, ਇਹ ਅੰਮ੍ਰਿਤ ਵੱਡੀ ਦਾਤ ਸਾਡੇ ਸਾਰਿਆਂ ਦੀ ਝੋਲੀ ਵਿੱਚ ਗੁਰੂ ਸਾਹਿਬ ਪਾਉਣ, ਸਭ ਦੀ ਹਾਜ਼ਰੀ ਪ੍ਰਵਾਨ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ।